जी बिस्मिल्लाह रहमान रहीम सजनो ते मित्रो भैनो भराओ मैं तुहाडी होस्ट दीनेश फातमा साही एक बार फिर अपने प्रोग्राम अज दे मेहमान दे नाल तुहाडी खिदमत विच हाजिर अज साडे नाल जिहड़े परौने जिन्हां नूं असीं दावत दित्ती है कि वह साडे नाल आन ते साडे सुनन वालियां नाल अपने विचार सांझे करन कि वह कर की रहे ने ਔਰ ਕਿਸ ਤਰ੍ਹਾਂ ਉਹ ਪੰਜਾਬ ਦੀ ਜਿਹੜੀ ਇੱਕ ਸਕਾਫਤ ਅਤੇ ਉਸ ਅਤੇ ਜਿਹੜਾ ਸਾਡਾ ਇੱਕ ਰਹਿਤਲ ਹੈ ਉਸ ਦੇ ਵਿੱਚ ਕਿਸ ਤਰ੍ਹਾਂ ਦੀ ਬਿਹਤਰੀ ਉਹ ਲੈ ਕੇ ਆ ਰਹੇ ਨੇ ਸਾਡੇ ਰਹਿਣ ਸਹਿਣ ਅਤੇ ਸਾਡੇ ਰੋਜ਼ਮਰਾ ਦੇ ਮਾਮਲਾਤ ਦੇ ਵਿੱਚ ਸਾਡੇ ਨਾਲ ਅੱਜ ਇੱਕ ਬੜੀ ਅਹਿਮ ਸ਼ਖਸੀਅਤ ਮੌਜੂਦ ਨੇ ਇਹਨਾਂ ਦਾ ਨਾਮ ਹੈ ਜਨਾਬ ਆਸਿਮ ਜਾਵੇਦ ਸਾਹਿਬ ਜੋ ਕਿ ਇਸ ਵਕਤ ਪੰਜਾਬ ਫੂਡ ਅਥਾਰਟੀ ਨੂੰ ਹੈੱਡ ਕਰ ਰਹੇ ਨੇ ਡੀ ਜੀ ਦੇ ਤੌਰ 'ਤੇ ਔਰ ਆਸਿਮ ਦਾ ਤਾਲੁਕ ਵੀ ਪੰਜਾਬ ਐਡਮਿਨਿਸਟ੍ਰੇਟਿਵ ਸਰਵਿਸ ਨਾਲ ਹੈ ਆਸਿਮ ਥੋੜ੍ਹੇ ਜਿਹੇ ਮੇਰੇ ਤੋਂ ਜੂਨੀਅਰ ਨੇ ਅਤੇ ਮੈਂ ਇਸਦੀ ਕਾਫੀ ਲਿਬਰਟੀ ਲਾਂਗੀ ਡਿਊਰਿੰਗ ਦਿਸ ਇੰਟਰਵਿਊ ਅਤੇ ਜ਼ਰਾ ਹੁਣ ਅਸੀਂ ਆਸਿਮ ਤੋਂ ਪੁੱਛਦੇ ਹਾਂ ਉਹਨਾਂ ਨੂੰ ਦਰਖਾਸਤ ਕਰਦੇ ਹਾਂ ਕਿ ਜ਼ਰਾ ਆਪਣਾ ਕੋਈ ਤਾਰੁਫ ਕਰਾਉਣ ਸਾਨੂੰ ਦੱਸਣ ਬਚਪਨ ਕਿਸ ਤਰ੍ਹਾਂ ਗੁਜ਼ਰਿਆ ਕਿੱਥੋਂ ਦੇ ਨੇ ਕਿ ਕੀ ਪੜ੍ਹਿਆ ਨੌਕਰੀ 'ਚ ਕਿਸ ਤਰ੍ਹਾਂ ਆਏ ਵਗੈਰਾ ਵਗੈਰਾ ਓਵਰ ਟੂ ਯੂ ਆਸਿਮ ਜੀ ਮੈਡਮ ਬਹੁਤ ਸ਼ੁਕਰੀਆ ਤੁਹਾਡਾ ਬਹੁਤ ਸ਼ੁਕਰੀਆ ਕਿ ਤੁਸੀਂ ਮੈਨੂੰ ਆਪਣੇ ਪ੍ਰੋਗਰਾਮ 'ਚ ਦਾਵਤ ਦਿੱਤੀ ਮੈਡਮ ਮੈਂ ਗੁਜਰਾਤ ਤੋਂ ਬਿਲੋਂਗ ਕਰਨਾ ਵਾਂ ਔਰ ਮੇਰਾ ਬਚਪਨ ਵੀ ਗੁਜਰਾਤ ਤੋਂ ਗੁਜ਼ਰਿਆ ਔਰ ਸਕੂਲਿੰਗ ਮੇਰੀ ਗੁਜਰਾਤ ਤੋਂ ਹੈ ਸ਼ੌਕਤ ਮਾਡਲ ਸਕੂਲ ਗੁਜਰਾਤ ਦਾ ਇੱਕ ਮਸ਼ਹੂਰ ਸਕੂਲ ਹੈ ਉੱਥੋਂ ਮੈਂ ਮੈਟ੍ਰਿਕ ਕੀਤਾ ਐੱਫ ਐੱਸ ਸੀ ਵੀ ਗੁਜਰਾਤ ਜ਼ਮੀਨਦਾਰ ਕਾਲਜ ਤੋਂ ਕੀਤਾ ਉਸ ਤੋਂ ਬਾਅਦ ਬੀ ਐੱਸ ਸੀ ਮੈਂ ਪਾਕਿਸਤਾਨ ਮਿਲਟਰੀ ਅਕੈਡਮੀ ਕਾਕੂਲ ਤੋਂ ਕੀਤਾ ਔਰ ਫਿਰ ਉਸ ਤੋਂ ਬਾਅਦ ਐੱਮ ਏ ਇੰਗਲਿਸ਼ ਔਰ ਸੀ ਐੱਸ ਐੱਸ ਕੀਤਾ ਅਤੇ ਇਹ ਬਰੀਫਲੀ ਮੇਰੀ ਤਾਲੀਮ ਦੇ ਹਵਾਲੇ ਨਾਲ ਉਸ ਤੋਂ ਬਾਅਦ ਸੀ ਐੱਸ ਐੱਸ ਕਰਨ ਦੇ ਬਾਅਦ ਪਾਕਿਸਤਾਨ ਐਡਮਿਨਿਸਟ੍ਰੇਟਿਵ ਸਰਵਿਸ ਦੇ ਵਿੱਚ ਜਿਹੜਾ ਮੇਰੀ ਐਲੋਕੇਸ਼ਨ ਹੋਈ ਅਤੇ ਪਹਿਲੀ ਜਿਹੜੀ ਆਊਟ ਆਫ ਪ੍ਰੋਵਿੰਸ ਪੋਸਟਿੰਗ ਹੁੰਦੀ ਹੈ ਉਹ ਤਕਰੀਬਨ 5 ਸਾਲ ਸਿੰਧ ਵਿੱਚ ਗੁਜ਼ਾਰੇ ਸਿੰਧ ਵਿੱਚ ਸੱਖਰ ਸ਼ਿਕਾਰਪੁਰ ਔਰ ਗੋਟਕੀ ਵਿੱਚ ਟਾਈਮ ਮੇਰਾ ਗੁਜ਼ਰਿਆ ਔਰ ਉਸ ਤੋਂ ਬਾਅਦ ਫਿਰ ਪੰਜਾਬ ਆ ਕੇ ਜੁਆਇਨ ਕੀਤਾ ਔਰ ਪੰਜਾਬ ਵਿੱਚ ਵੀ ਮੁਖਤਲਿਫ ਮਹਿਕਮਿਆਂ ਦੇ ਵਿੱਚ ਸਰਵ ਕਰਨ ਦਾ ਜਿਹੜਾ ਇਤਫਾਕ ਹੋਇਆ ਐਡੀਸ਼ਨਲ ਡੈਪਟੀ ਕਮਿਸ਼ਨਰ ਚਕਵਾਲ ਕੁਛ ਟਾਈਮ ਐੱਲ ਡੀ ਏ ਦੇ ਵਿੱਚ ਪੋਸਟਿੰਗ ਰਹੀ ਕੁਛ ਟਾਈਮ ਪੰਜਾਬ ਲੈਂਡ ਰਿਕਾਰਡਸ ਅਥਾਰਟੀ ਦੇ ਵਿੱਚ ਪੋਸਟਿੰਗ ਰਹੀ ਡੀ ਸੀ ਚਨੇਓ ਟ੍ਰੈਨ ਦਾ ਇਤਫਾਕ ਹੋਇਆ ਹੋਮ ਦੇ ਵਿੱਚ ਡਿਪਾਰਟਮੈਂਟ ਦੇ ਵਿੱਚ ਵੀ ਪੋਸਟਿੰਗ ਮਿਲੀ ਰਹੀ ਅਤੇ ਇਸ ਪੋਸਟਿੰਗ ਤੋਂ ਪਹਿਲੇ ਮੈਂ ਐੱਮ ਡੀ ਪੰਜਾਬ ਸਮਾਲ ਇੰਡਸਟਰੀਜ਼ ਕਾਰਪੋਰੇਸ਼ਨ ਸੀ ਅਤੇ ਹੁਣ ਮੇਰੀ ਪੋਸਟਿੰਗ ਡੀ ਜੀ ਪੰਜਾਬ ਫੂਡ ਅਥਾਰਟੀ ਦੇ ਤੌਰ 'ਤੇ ਪਿਛਲੇ ਤਕਰੀਬਨ 6 ਮੰਥਸ ਤੋਂ ਚੱਲ ਰਹੀ ਹੈ ਜ਼ਬਰਦਸਤ ਯਾਨੀ ਤੁਸੀਂ ਸਾਡੇ ਮਤਲਬ ਦੇ ਬਹੁਤ ਸਾਰੇ ਮਹਿਕਮਿਆਂ 'ਚ ਵੀ ਕੰਮ ਕਰਕੇ ਆਏ ਹੋ ਜਿਸ ਤਰ੍ਹਾਂ ਸਮਾਲ ਇੰਡਸਟਰੀਜ਼ ਜਿਹੜਾ ਹੈ ਪਿਸਿਕ ਹੈ ਪੰਜਾਬ ਕੀ ਕਹਿੰਦੇ ਨਾ ਪੰਜਾਬ ਸਮਾਲ ਇੰਡਸਟਰੀਜ਼ ਕਾਰਪੋਰੇਸ਼ਨ ਹਾਂਜੀ ਜਿਹੜਾ ਸਾਡੇ ਆਰਟੀਜ਼ਨਸ ਦੇ ਉੱਤੇ ਔਰ ਲੋਕਲ ਕਰਾਫਟ ਦੇ ਉੱਤੇ ਬੜਾ ਕੰਮ ਕਰ ਰਿਹਾ ਹੈ ਔਰ ਤੁਸੀਂ ਜੇ ਬੀ ਸੀ ਰਹਿ ਕੇ ਆਏ ਹੋ ਚਨੋਟ ਵਿੱਚ ਔਰ ਸਰਵ ਕੀਤਾ ਤੁਸੀਂ ਚਕਵਾਲ ਵਿੱਚ ਵੀ ਅਤੇ ਯਾਨੀ ਤੁਸੀਂ ਮੁਖਤਲਿਫ ਤਰ੍ਹਾਂ ਦੀ ਸਕਾਫਤਾਂ ਦਾ ਇੱਕ ਜਾਇਜ਼ਾ ਵੀ ਲੈ ਚੁੱਕੇ ਹੋ ਤੁਹਾਨੂੰ ਔਰ ਸਿੰਧ ਵਿੱਚ ਇਤਨਾ ਅਰਸਾ ਤੁਸੀਂ ਸਰਵ ਕਰਕੇ ਆਏ ਹੋ ਅਤੇ ਤੁਹਾਡੇ ਕੋਲ ਤਾਂ ਇੱਕ ਬੜਾ ਅੱਛਾ ਕੀ ਕਹਿਣਾ ਚਾਹੀਦਾ ਸਾਡੇ ਮਸ਼ਵਰੇ ਦੇਣ ਲਈ ਤੁਹਾਡੇ ਕੋਲ ਕਾਫੀ ਮਵਾਦ ਮੌਜੂਦ ਹੈ ਹੁਣ ਸਾਡੀ ਹਿੰਮਤ ਹੈ ਕਿ ਕੁਛ ਕੱਢਦੇ ਹਾਂ ਉਹਦੇ ਵਿੱਚੋਂ ਅਤੇ ਅੱਜ ਕੱਲ੍ਹ ਜੋ ਤੁਸੀਂ ਕੰਮ ਕਰ ਰਹੇ ਹੋ ਉਸਦੇ ਬਾਰੇ 'ਚ ਦੱਸੋ ਫੂਡ ਅਥਾਰਟੀ ਕੀ ਕਰ ਰਹੀ ਹੈ ਮੈਡਮ ਜਿਸ ਤੱਕ ਪੰਜਾਬ ਫੂਡ ਅਥਾਰਟੀ ਦਾ ਤਾਲੁਕ ਹੈ ਤਾਂ ਫੂਡ ਸੇਫਟੀ ਬੇਸਿਕਲੀ ਇੱਕ ਸਾਡਾ ਮੇਜਰ ਸਬਜੈਕਟ ਹੈ ਔਰ ਸਾਡਾ ਮਿਸ਼ਨ ਵੀ ਹੈ ਕਿ ਅਸੀਂ ਫੂਡ ਸੇਫਟੀ ਨੂੰ ਯਕੀਨੀ ਬਣਾਈਏ ਫੋਰ ਦੈਟ ਮੈਟਰ ਕਿ ਜਿੰਨੇ ਵੀ ਮਿਲਾਵਟ ਦੇ ਹਵਾਲੇ ਨਾਲ ਇਸ਼ੂਜ਼ ਨੇ
ਖਾਣੇ ਪੀਣੇ ਦੀ ਅਸ਼ਿਆ ਦੀ ਹਾਈਜੀਨ ਦੇ ਹਵਾਲੇ ਨਾਲ ਇਸ਼ੂਜ ਨੇ ਉਹਨਾਂ ਨੂੰ ਅਸੀਂ ਐਡਰੈਸ ਕਰਨੇ ਹਾਂ। ਇਸ ਹਵਾਲੇ ਨਾਲ ਫੂਡ ਸੇਫਟੀ ਦੀਆਂ ਸਾਡੀਆਂ ਤਕਰੀਬਨ 150 ਟੀਮਾਂ ਪੂਰੇ ਪੰਜਾਬ ਦੇ ਵਿੱਚ ਕੰਮ ਕਰ ਰਹੀਆਂ ਨੇ, ਜਿਹੜੀਆਂ ਦੁੱਧ ਦੀ ਅਡਲਟਰੇਸ਼ਨ ਤੋਂ ਲੈ ਕੇ ਗੋਸ਼ਤ ਦੀ ਅਡਲਟਰੇਸ਼ਨ, ਇਸ ਤੋਂ ਇਲਾਵਾ ਬੇਵਰੇਜਿਸ ਦੀ, ਦਾਲਾਂ ਦੀ, ਸਬਜ਼ੀਆਂ ਦੀ ਅਡਲਟਰੇਸ਼ਨ ਦੇ ਹਵਾਲੇ ਨਾਲ ਆਪਣਾ ਕੰਮ ਕਰ ਰਹੇ ਹੁੰਦੇ ਨੇ। ਔਰ ਸਾਡੀ ਜ਼ੀਰੋ ਟੋਲਰੈਂਸ ਦੀ ਪੋਲਿਸੀ ਹੈ, ਸਾਡੀਆਂ ਟੀਮਸ ਜਿਹੜੀਆਂ ਨੇ ਉਹ ਮੁਤਾਬਿਕ ਸੁਬਹ ਫਜਰ ਦੇ ਟਾਈਮ ਤੋਂ ਪਹਿਲੇ ਤੋਂ ਲੈ ਕੇ ਰਾਤ ਦੇਰ ਤੱਕ ਕੰਮ ਕਰਦੇ ਨੇ, ਔਰ 7 ਡੇਜ਼ ਆ ਵੀਕ ਅਸੀਂ ਕੰਮ ਕਰਨੇ ਹਾਂ। ਬੇਸਿਕਲੀ ਸਾਡਾ ਮਕਸਦ ਇਹ ਹੀ ਹੈ ਕਿ ਫੂਡ ਰਿਲੇਟਿਡ ਬਹੁਤ ਕ੍ਰਾਈਮ ਪਾਇਆ ਜਾਂਦਾ ਹੈ, ਮਿਲਾਵਟ ਦੀਆਂ, ਸਪੈਸ਼ਲੀ ਦੁੱਧ ਦੇ ਹਵਾਲੇ ਨਾਲ, ਸਪੈਸ਼ਲੀ ਗੋਸ਼ਤ ਦੇ ਹਵਾਲੇ ਨਾਲ, ਸਪਾਈਸਿਸ ਦੇ ਹਵਾਲੇ ਨਾਲ ਬਹੁਤ ਜ਼ਿਆਦਾ ਸ਼ਿਕਾਇਤ ਹੈ ਨੇ, ਅਤੇ ਉਹਨਾਂ ਨੂੰ ਐਡਰੈਸ ਕਰਨਾ ਉਹ ਵੀ ਬੜਾ ਜ਼ਰੂਰੀ ਹੁੰਦਾ। ਸਾਨੂੰ ਪਬਲਿਕ ਦੀ ਤਰਫੋਂ ਵੀ ਕੰਪਲੇਂਟਸ ਆਉਂਦੀਆਂ ਨੇ, ਸਾਡੀ ਵਿਜੀਲੈਂਸ ਦੀ ਇੱਕ ਆਪਣੀ ਟੀਮ ਮੌਜੂਦ ਹੈ, ਉਹ ਵੀ ਸਾਨੂੰ ਇੰਡੀਕੇਟ ਕਰ ਰਹੀ ਹੁੰਦੀ ਹੈ, ਪਲੱਸ ਸਾਡੇ ਨਾਲ ਬਹੁਤ ਸੇ ਲੋਕ ਸਾਨੂੰ ਮੀਡੀਆ ਤੋਂ, ਮੁਖਤਲਿਫ ਸ਼ੁਭਾ ਹੈ ਜ਼ਿੰਦਗੀ ਤੋਂ, ਉਹ ਵੀ ਸਾਨੂੰ ਇੰਡੀਕੇਟ ਕਰ ਰਹੇ ਹੁੰਦੇ ਨੇ ਕਿ ਇੱਥੇ ਮਿਲਾਵਟ ਵਾਲੀਆਂ ਚੀਜ਼ਾਂ ਪਾਈਆਂ ਜਾ ਰਹੀਆਂ ਨੇ, ਅਤੇ ਅਸੀਂ ਫਿਰ ਉਹਨਾਂ ਦੇ ਉੱਤੇ ਐਕਸ਼ਨ ਲੈਂਦੇ ਹਾਂ। ਔਰ ਇਸ ਗੱਲ ਨੂੰ ਯਕੀਨੀ ਬਣਾਉਂਦੇ ਹਾਂ ਕਿ ਆਵਾਮ ਤੱਕ ਜਿਹੜਾ ਵੀ ਖਾਣਾ ਪਹੁੰਚੇ ਉਹ ਬਿਹਤਰ ਹੋਵੇ, ਉਹ ਮਿਆਰੀ ਹੋਵੇ, ਔਰ ਹਿਫਜ਼ਾਨ ਸਿਹਤ ਦੇ ਅਸੂਲਾਂ ਦੇ ਮੁਤਾਬਕ ਹੋਵੇ, ਔਰ ਉਹਦੇ ਵਿੱਚ ਮਿਲਾਵਟ ਦੀ ਜਿਹੜੀ ਹੈ ਗੁੰਜਾਇਸ਼ ਨਾ ਹੋਵੇ। ਬੜਾ ਹੀ ਜ਼ਰੂਰੀ ਕੰਮ ਹੈ, ਕਿਉਂਕਿ ਇਹ ਜੋ ਅਸੀਂ ਜੋ ਕੁਛ ਅਸੀਂ ਖਾ ਰਹੇ ਹਾਂ, ਇੱਕ ਤਾਂ ਦੇਖੋ ਜੇ ਇਸਨੂੰ ਹੀ ਅਸੀਂ ਆਪਣੀ ਸਕਾਫਤ ਦੇ ਨਾਲ ਜੋੜੀਏ, ਅਤੇ ਸਾਡੇ ਜਿਸ ਤਰ੍ਹਾਂ ਦੇ ਖਾਣੇ ਸੀਗੇ ਸਾਦੇ ਖਾਲਿਸ ਚੀਜ਼ਾਂ ਨਾਲ ਪੱਕੇ ਹੋਏ ਖਾਲਿਸ ਚੀਜ਼ਾਂ ਅਸੀਂ ਖਾਂਦੇ ਸੀ ਕਿਸੇ ਜ਼ਮਾਨੇ 'ਚ, ਔਰ ਅਨਰਿਫਾਈਨਡ ਸਾਡਾ ਘੀ ਵੀ ਔਰ ਆਟਾ ਵੀ ਅਤੇ ਨਮਕ ਵੀ, ਉਹ ਸਾਰੀਆਂ ਚੀਜ਼ਾਂ ਸੀਗੀਆਂ। ਹੁਣ ਬਹੁਤ ਸਾਰੀਆਂ ਐਸੀਆਂ ਚੀਜ਼ਾਂ ਆ ਗਈਆਂ ਜਿਹੜੀ ਇੱਕ ਮਾਡਰਨ ਜ਼ਿੰਦਗੀ ਦਾ, ਔਰ ਸ਼ਾਇਦ ਉਹ ਕਨਵੀਨੀਅੰਸ ਦੀ ਜ਼ਿੰਦਗੀ ਦਾ ਹਿੱਸਾ ਬਣ ਗਈਆਂ ਨੇ ਕਿ ਪ੍ਰੀ ਕੁਕਡ ਖਾਣੇ ਹੈ ਨੇ, ਫਰੋਜ਼ਨ ਫੂਡ ਹੈ ਨੇ, ਜਾਂ ਤੁਸੀਂ ਰਿਫਾਈਨਡ ਚੀਜ਼ਾਂ ਇਤਨੀਆਂ ਜ਼ਿਆਦਾ ਆ ਗਈਆਂ ਜਿਹੜੇ ਸ਼ਾਇਦ ਜ਼ਾਇਕਿਆਂ 'ਚ ਤਾਂ ਬਹੁਤ ਅੱਛੀਆਂ ਨੇ ਪਰ ਉਹਨਾਂ ਦਾ ਨੁਕਸਾਨ ਤੁਹਾਨੂੰ ਹੁੰਦਾ। ਉਸ ਵੇਲੇ ਸਾਡੇ ਵੱਡੇ ਜਦੋਂ ਯਾਦ ਕਰਦੇ ਨੇ ਨਾ ਕਿ ਸਾਦੀ ਰੋਟੀ ਅਤੇ ਲੱਸੀ ਨਾਲ ਅਤੇ ਦੇਸੀ ਘੀ ਔਰ ਸ਼ੱਕਰ ਨਾਲ ਖਾ ਲਈ, ਔਰ ਜਾਂ ਸਬਜ਼ੀਆਂ ਜਿਹੜੀਆਂ ਨਾਲ ਖਾ ਲਈਆਂ ਔਰ ਅਚਾਰ ਔਰ ਐਸੀਆਂ ਚੀਜ਼ਾਂ, ਮੇਰਾ ਖਿਆਲ ਹੈ ਉਹ ਸਾਡੇ ਆਪਣੇ ਇੱਕ ਸਕਾਫਤ ਤੋਂ ਦੂਰੀ ਦਾ ਵੀ ਇੱਕ ਜਿਹੜਾ ਹੈ ਸਾਡੀਆਂ ਸਿਹਤਾਂ 'ਤੇ ਅਸਰ ਉਹ ਨਜ਼ਰ ਆ ਰਿਹਾ ਹੈ। ਮੈਡਮ ਤੁਸੀਂ ਬੜੀ ਅੱਛੀ ਗੱਲ ਕੀਤੀ, ਮੈਂ ਇਹ ਸਮਝਦਾ ਵਾਂ ਕਿ ਜਿੰਨਾ ਅਸੀਂ ਕਲੋਜ਼ ਟੂ ਨੇਚਰ ਸਾਡੀ ਜ਼ਿੰਦਗੀ ਹੋਏਗੀ, ਉਨਾ ਹੀ ਅਸੀਂ ਹੈਲਦੀ ਹੋਵਾਂਗੇ, ਉਨਾ ਹੀ ਅਸੀਂ ਸਟਰੋਂਗ ਹੋਵਾਂਗੇ। ਇਸ ਸਵਾਲ ਨਾਲ ਤੁਸੀਂ ਜਿਹੜੇ ਅਗਰ 60 ਸਾਲ ਜਾਂ 70 ਸਾਲ ਪੁਰਾਣੇ ਇਨਸਾਨ ਦੀ ਜ਼ਿੰਦਗੀ ਨੂੰ ਵੇਖਿਆ ਜਾਏ ਤਾਂ ਉਹ ਜ਼ਿੰਦਗੀ ਬੜੀ ਸਾਦਾ ਸੀ, ਉਹਦੇ ਖਾਣੇ ਪੀਣੇ ਵੀ ਬੜਾ ਸਾਦਾ ਸਨ, ਅਤੇ ਸਾਡੀ ਜਿਹੜੀ ਪੰਜਾਬ ਦੀ ਸਕਾਫਤ ਹੈ ਉਹਦੇ ਵਿੱਚ ਵੀ ਤੁਹਾਨੂੰ ਪਤਾ ਦਾਲ ਸਾਗ ਦਾ ਬੜਾ ਤਸਕਰਾ, ਮਕਈ ਦੀ ਰੋਟੀ ਦਾ ਤਸਕਰਾ ਆਇਆ, ਲੱਸੀ ਜਿਹੜੀ ਚਾਟੀ ਵਾਲੀ ਲੱਸੀ ਹੈ ਉਹਦਾ ਬੜਾ ਤਸਕਰਾ ਆਇਆ, ਮੱਖਣ ਦਾ, ਠੀਕ ਹੈ, ਦੇਸੀ ਘਿਓ ਦਾ ਤਸਕਰਾ ਆਇਆ, ਅਤੇ ਇਹ ਬੇਸਿਕਲੀ ਸਾਰੀਆਂ ਉਹ ਡਾਇਟਸ ਨੇ ਜਿਹੜੀਆਂ ਤੁਹਾਨੂੰ ਜਿਹੜੀਆਂ ਜਿਹਨੂੰ ਅਸੀਂ ਕਹਿੰਦੇ ਹਾਂ ਕਿ ਨਿਊਟ੍ਰੀਸ਼ਨਲ ਵੈਲਿਊ ਨਾਲ ਭਰਪੂਰ ਨੇ, ਯਾਨੀ ਕਿ ਉਹਦੇ ਵਿੱਚ ਕੈਲਸ਼ੀਅਮ ਵੀ ਹੈ, ਉਹਦੇ ਵਿੱਚ ਜਿਹੜਾ ਵਾਈਟਾਮਿਨਸ ਵੀ ਨੇ, ਕਿਉਂਕਿ ਅਸੀਂ ਪੰਜਾਬ ਦੀ ਸਕਾਫਤ 'ਚ ਜ਼ਿਆਦਾ ਸਬਜ਼ੀਆਂ ਸ਼ਾਮਿਲ ਨੇ ਗੋਸ਼ਤ ਦੀ ਨਿਸਬਤ। ਇਸੇ ਤਰ੍ਹਾਂ ਜਿਸ ਵਕਤ ਅਸੀਂ ਦੁੱਧ ਜਾਂ ਲੱਸੀ ਵਗੈਰਾ ਦਾ ਇਨਟੇਕ ਕਰਦੇ ਹਾਂ
ਤੇ ਉਹਦੇ ਨਾਲ ਜਿਹੜਾ ਵੇ ਸਾਡੀ ਕੈਲਸ਼ੀਅਮ ਦੀ ਜਿਹੜੀ ਡੈਫੀਸ਼ੈਂਸੀ ਉਹ ਪੂਰੀ ਹੁੰਦੀ ਹੈ ਅਤੇ ਉਹ ਸਾਡੀ ਜਿਹੜੀ ਔਰ ਉਸ ਤੋਂ ਇਲਾਵਾ ਇਹ ਸੀ ਕਿ ਅਸੀਂ ਜਲਦੀ ਸੌਣ ਦੇ ਰਿਵਾਜ਼ ਸੀ, ਜਲਦੀ ਉੱਠਣ ਦਾ ਰਿਵਾਜ਼ ਸੀ, ਸੁਬਹ ਦੇ ਨਾਸ਼ਤਾ ਹੈਵੀ ਕਰਕੇ ਦੁਪਹਿਰ ਨੂੰ ਖਾਣਾ ਨਹੀਂ ਸੀ ਹੁੰਦਾ ਔਰ ਸ਼ਾਮ ਨੂੰ ਮਗਰਬ ਦੇ ਨਾਲ ਹੀ ਖਾਣਾ ਖਾਇਆ ਜਾਂਦਾ ਸੀ। ਇਹ ਬੜਾ ਹੀ ਹੈਲਦੀ ਲਾਈਫ ਸਟਾਈਲ ਸੀ ਔਰ ਅੱਗੇ ਅਗਰ ਅਸੀਂ ਮੁਖਤਲਿਫ ਤਰ੍ਹਾਂ ਦੀ ਬਿਮਾਰ ਜਿੰਨੀ ਪ੍ਰੋਸੈਸਿੰਗ ਹੈ ਨਾ ਫੂਡ ਦੀ ਉਹ ਬੇਸਿਕਲੀ ਨੁਕਸਾਨ ਦੇਵੇ, ਉਹਦੀ ਵਜ੍ਹਾ ਤੋਂ ਕੀ ਹੁੰਦਾ ਹੈ ਕਿ ਕੋਈ ਨਾ ਕੋਈ ਅਨਹਾਈਜੈਨਿਕ ਚੀਜ਼ ਉਹਦੇ ਵਿੱਚ ਆ ਜਾਂਦੀ ਹੈ, ਬਾਜ਼ ਔਕਾਤ ਉਹਦੇ 'ਚ ਕੋਈ ਮਿਲਾਵਟ ਦਾ ਐਲੀਮੈਂਟ ਆ ਜਾਂਦਾ ਅਤੇ ਜਿਹੜਾ ਕਿ ਓਵਰਆਲ ਹੈਲਥ ਵਾਸਤੇ ਨੁਕਸਾਨ ਦਾ ਬਾਇਸ ਹੁੰਦਾ। ਇਸੇ ਤਰ੍ਹਾਂ ਜਿਹੜੀਆਂ ਐਸੀਆਂ ਚੀਜ਼ਾਂ ਨੇ ਜਿਹੜੀਆਂ ਕਿ ਜੰਕ ਆਈਟਮਸ ਜਿਹਨਾਂ ਨੂੰ ਅਸੀਂ ਕਹਿੰਦੇ ਹਾਂ ਕਾਰਬੋਨੇਟਿਡ ਡਰਿੰਕਸ ਨੇ, ਇਸੇ ਤਰ੍ਹਾਂ ਤੋਂ ਬਰਗਰਸ ਨੇ, ਸ਼ਵਾਰਮਾਸ ਨੇ, ਪੀਜ਼ਾਸ ਨੇ, ਦੋ ਕਿ ਸਾਡੇ ਬੱਚੇ ਬੜੇ ਸ਼ੌਕ ਨਾਲ ਉਹਨਾਂ ਨੂੰ ਖਾ ਰਹੇ ਹੁੰਦੇ ਨੇ, ਲੇਕਿਨ ਉਹਨਾਂ ਦੇ ਵਿੱਚ ਉਹ ਨਿਊਟ੍ਰੀਸ਼ਨਲ ਵੈਲਿਊ ਨਹੀਂ ਹੈ ਜਿਹੜੀ ਹੋਣੀ ਚਾਹੀਦੀ ਹੈ। ਪੁੱਠਾ ਨੁਕਸਾਨ ਹੀ ਪਹੁੰਚਾਉਂਦੇ, ਉਹ ਪੁੱਠਾ ਨੁਕਸਾਨ ਪਹੁੰਚਾਉਂਦੇ ਨੇ ਔਰ ਸਾਡੇ ਬੱਚਿਆਂ ਨੂੰ ਮਾਵਾਂ ਜਿਹੜੀਆਂ ਨੇ ਉਹਨਾਂ ਨੂੰ ਵੀ ਸਾਨੂੰ ਐਜੂਕੇਟ ਕਰਨ ਦੀ ਜ਼ਰੂਰਤ ਹੈ ਕਿ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਕਿ ਬੱਚੇ ਨੂੰ ਕਿਹੜੀ ਡਾਇਟ ਦੇ ਰਹੇ ਨੇ ਔਰ ਬੱਚਾ ਕਿੰਨਾ ਸਿਹਤਮੰਦ ਹੋ ਰਿਹਾ। ਬੱਚੇ ਸਾਡੇ ਟਾਈਮ ਦੇ ਵਿੱਚ, ਸਾਡੇ ਤੋਂ ਪਹਿਲੇ ਵਕਤਾਂ ਦੇ ਵਿੱਚ ਵੀ ਬੱਚੇ ਜਾ ਕੇ ਗਲੀ ਮੁਹੱਲੇ ਦੇ ਵਿੱਚ ਗਰਾਊਂਡ ਦੇ ਵਿੱਚ ਖੇਡਦੇ ਸਨ, ਫੁੱਟਬਾਲ ਖੇਡਦੇ ਸਨ, ਹਾਕੀ ਖੇਡਦੇ ਸਨ, ਕ੍ਰਿਕਟ ਖੇਡਦੇ ਸਨ, ਮੁਖਤਲਿਫ ਕਿਸਮ ਦੀਆਂ ਵਰਜਿਸ਼ਾਂ ਕਰਦੇ ਸਨ ਅਤੇ ਹੁਣ ਅਸੀਂ ਬੱਚੇ ਵਹਿੰਦੇ ਹਾਂ ਕਿ ਉਹ ਸਿਰਫ ਮੋਬਾਈਲ ਦੇ ਉੱਤੇ ਔਰ ਟੀਵੀ ਦੇ ਉੱਤੇ ਬੈਠੇ ਹੁੰਦੇ ਨੇ। ਇਟ ਮੀਨਸ ਕਿ ਸ਼ਾਇਦ ਉਹਨਾਂ ਦੀ ਡਾਇਟਰੀ ਇਨਟੇਕ ਐਸਾ ਨਹੀਂ ਹੈ ਕਿ ਜੇ ਜਿਹੜਾ ਉਹ ਜਾ ਕੇ ਗਰਾਊਂਡ ਦੇ ਵਿੱਚ ਖੇਡ ਸਕਣ, ਖੁਸ਼ ਤਰੀਕੇ ਨਾਲ ਖੇਡ ਸਕਣ ਔਰ ਬੱਚਿਆਂ ਦੇ ਵਿੱਚ ਤਰ੍ਹਾਂ ਤਰ੍ਹਾਂ ਦੀਆਂ ਜਿਹੜੀਆਂ ਨਾ ਇਸ਼ੂਜ਼ ਆ ਰਹੇ ਨੇ, ਬਿਮਾਰੀਆਂ ਆ ਰਹੀਆਂ ਨੇ ਅਤੇ ਉਹਨਾਂ ਨੂੰ ਵੀ ਅਸੀਂ ਅਗਰ ਐਡਰੈਸ ਕਰਨਾ ਚਾਹੁੰਦੇ ਹਾਂ ਤਾਂ ਸਾਨੂੰ ਇੱਕ ਅੱਛੀ ਬੈਲੈਂਸਡ ਡਾਇਟ ਜਿਹੜੀ ਹੈ, ਮਤਵਾਜ਼ਨ ਗਜ਼ਾ ਬੱਚਿਆਂ ਨੂੰ ਦੇਣ ਦੀ ਜ਼ਰੂਰਤ ਹੈ ਔਰ ਫੂਡ ਅਥਾਰਟੀ ਉਹਦੇ 'ਤੇ ਵੀ ਕੰਮ ਜਿਹੜਾ ਨਾ ਕਰ ਰਹੀ ਹੈ। ਅੱਛਾ ਜੀ, ਬਹੁਤ ਸ਼ੁਕਰੀਆ ਆਸਿਮ, ਬੜੀ ਇੱਕ ਇੰਟਰਸਟਿੰਗ ਔਰ ਮੇਰੇ ਖਿਆਲ ਹੈ ਬੜੀ ਅਹਿਮ ਤੁਸੀਂ ਜਿਹੜੇ ਇਹ ਟੋਪਿਕ ਦੇ ਉੱਤੇ ਗੱਲ ਕਰ ਰਹੇ ਹੋ। ਪਰ ਇਸ ਗੱਲ ਦੇ ਨਾਲ ਨਾਲ ਅਸੀਂ ਕਿਉਂਕਿ ਆਪਣੇ ਲਿਸਨਰਸ ਨੂੰ ਥੋੜ੍ਹਾ ਬਹੁਤ ਮਿਊਜ਼ਿਕ ਵੀ ਸੁਣਾਉਣਾ, ਨਹੀਂ ਤਾਂ ਉਹ ਮੈਨੂੰ ਪਤਾ ਕਿੰਨੀ ਦੇਰ ਤੱਕ ਸਾਨੂੰ ਸੁਣਨਗੇ, ਚੈਨਲ ਹੀ ਨਾ ਬਦਲ ਲੈਣ, ਅਤੇ ਇੱਕ ਗਾਣਾ ਸੁਣਦੇ ਹਾਂ ਅਤੇ ਆਪਣੀ ਗੁਫ਼ਤਗੂ ਅਸੀਂ ਬਾਅਦ ਵਿੱਚ ਜਾਰੀ ਰੱਖਾਂਗੇ। ਚਲੋ ਜੀ, ਇੱਕ ਵਾਰੀ ਫਿਰ ਅਸੀਂ ਤੁਹਾਨੂੰ ਜੀ ਆਇਆਂ ਨੂੰ ਕਹਿੰਦੇ ਹਾਂ ਆਪਣੇ ਪ੍ਰੋਗਰਾਮ ਵਿੱਚ, ਅਤੇ ਸਾਨੂੰ ਕੁਛ ਥੋੜ੍ਹੇ ਬਹੁਤ ਮੈਸੇਜ ਵੀ ਆਉਣੇ ਸ਼ੁਰੂ ਹੋ ਗਏ ਨੇ। ਸਾਡਾ ਫੇਸਬੁੱਕ ਪੇਜ ਜਿਹੜਾ ਹੈ FM 95 ਦਾ ਪੰਜਾਬ ਰੰਗ, ਉਹਦੇ ਤੁਸੀਂ ਸੁਣ ਰਹੇ ਹੋ। ਮੈਂ ਤੁਹਾਨੂੰ ਆਸਿਮ ਦੱਸਦੀ ਜਾਵਾਂ ਕਿ ਸਾਡੇ ਪੰਜਾਬ ਰੰਗ ਵਿੱਚ ਜਿਹੜਾ ਸਾਡਾ FM ਪੰਜਾਬ ਰੰਗ ਨੈਟਵਰਕ ਹੈ, ਇਸ ਦੇ ਵਿੱਚ ਸਾਡੇ ਕੋਲ 3 ਰੇਡੀਓ ਸਟੇਸ਼ਨ ਨੇ। FM 95 ਲਾਹੌਰ ਲਈ ਹੈ ਔਰ FM 99.4 ਜਿਹੜਾ ਹੈ ਉਹ ਮੁਲਤਾਨ ਅਤੇ ਰਾਵਲਪਿੰਡੀ ਵਾਸਤੇ ਹੈ। ਅਤੇ ਇਸ ਵਕਤ ਸਾਨੂੰ ਮੁਲਤਾਨ ਅਤੇ ਰਾਵਲਪਿੰਡੀ ਵਿੱਚ ਵੀ ਜਿਹੜਾ ਹੈ ਉਹ ਲਾਈਵ ਸੁਣਿਆ ਜਾ ਰਿਹਾ ਔਰ ਉੱਥੇ ਦੇ ਤਮਾਮ ਲੋਕਾਂ ਨੂੰ ਸਾਡੇ ਵੱਲੋਂ ਬਹੁਤ ਸਲਾਮ ਹੋਏ। ਔਰ ਅੱਜ ਤੱਕ ਕੋਈ ਮੁਲਤਾਨ ਵਿੱਚ ਡਾਢੀ ਗਰਮੀ ਪੈ ਰਹੀ ਹੈ ਔਰ ਲਾਹੌਰ ਵਿੱਚ ਵੀ ਬੜੀ ਗਰਮੀ ਪੈ ਰਹੀ ਹੈ, ਮੈਨੂੰ ਲੱਗਦਾ ਸੂਰਜ ਜ਼ਰਾ ਜ਼ਿਆਦਾ ਕਰੀਬ ਹੋ ਕੇ ਸਾਨੂੰ ਗੌਣ ਨਾਲ ਵੇਖ ਰਿਹਾ ਹੈ। ਅੱਲਾ ਮੀਆਂ ਸਾਡੇ 'ਤੇ ਰਹਿਮ ਕਰੇ ਔਰ ਮੌਸਮ ਦੀਆਂ ਸਖਤੀਆਂ ਥੋੜ੍ਹੀਆਂ ਕਮ ਕਰੇ। ਅਤੇ ਆਸਿਮ ਮੈਨੂੰ ਦੱਸੋ, ਹੁਣ ਜਿਸ ਤਰ੍ਹਾਂ ਮੌਸਮ ਬਦਲਿਆ ਅਤੇ ਇਸ ਹਿਸਾਬ ਨਾਲ ਕੋਈ ਖਾਣ ਪੀਣ ਦੀਆਂ ਹੈਬਿਟਸ, ਖਾਸ ਤੌਰ 'ਤੇ ਬੱਚਿਆਂ ਦਾ ਜਦੋਂ ਜ਼ਿਕਰ ਆਉਂਦਾ ਹੈ, ਉਸ ਵੇਲੇ ਕੋਈ ਸਪੈਸ਼ਲ ਕੋਈ ਐਡਵਾਈਜ਼ਰੀ ਜਿਹੜੀ ਤੁਹਾਡੀ ਅਥਾਰਟੀ ਇਸ਼ੂ ਕਰ ਰਹੀ ਹੋਏ ਜਾਂ ਜੋ ਤੁਸੀਂ ਐਡਵਾਈਜ਼ ਕਰਨਾ ਚਾਹੋ? ਜਨਰਲੀ ਅਗਰ ਗੱਲ ਕੀਤੀ ਜਾਏ ਤਾਂ ਕਿਉਂਕਿ ਗਰਮੀ ਬਹੁਤ ਸਖਤ ਹੈ, ਇਹਦੇ ਵਿੱਚ ਇੱਕ ਤਾਂ ਪਾਣੀ ਦਾ ਜ਼ਿਆਦਾ ਇਸਤੇਮਾਲ ਕਰਨਾ ਚਾਹੀਦਾ, ਉਸ ਤੋਂ ਇਲਾਵਾ ਐਵੇ ਕਿ ਲੀਮੂ ਪਾਣੀ ਦਾ ਇਸਤੇਮਾਲ ਜਦੋਂ ਵੀ ਤੁਸੀਂ ਗਰਮੀ ਤੋਂ ਆਓ, ਬਾਹਰ ਨੂੰ ਚੱਕਰ ਲਾ ਕੇ ਬੇਸ਼ੱਕ ਸ਼ੋਪਿੰਗ ਵਾਸਤੇ ਜਾਂਦੇ ਜਾਂ ਕੰਮ ਕਾਜ 'ਤੇ ਜਾਂਦੇ, ਅਤੇ ਉਸ ਤੋਂ ਬਾਅਦ ਤੁਸੀਂ ਜਿਹੜਾ ਨਾ ਲੀਮੂ ਪਾਣੀ ਦਾ ਇਸਤੇਮਾਲ ਕਰੋ।
ਇਸ ਤੋਂ ਇਲਾਵਾ ਇਹ ਹੋ ਸਕਦਾ ਹੈ ਕਿ ਜਿੰਨਾਂ ਤੁਸੀਂ ਮਤਲਬ ਜਿਹੜਾ ਨਾ ਜਿਹੜੇ ਮੌਸਮ ਦੇ ਫਰੂਟ ਨੇ ਉਹਨਾਂ ਦੇ ਤੁਸੀਂ ਜੂਸਿਸ ਵੀ ਬਣਾ ਸਕਦੇ ਹੋ। ਪਾਲਸੇ ਦਾ ਜੂਸ ਪਾਣੀ ਦੇ ਵਿੱਚ, ਆੜੂ ਦਾ ਜੂਸ ਪਾਣੀ ਦੇ ਵਿੱਚ ਬਣਾ ਸਕਦੇ ਹੋ। ਉਹ ਬੜਾ ਬੜਾ ਅੱਛਾ ਹੈ ਔਰ ਉਹਦੀ ਜਿਹੜੀ ਨਿਊਟ੍ਰੀਸ਼ਨ ਪੁਆਇੰਟ ਆਫ ਵਿਊ ਨਾਲ ਵੀ ਬੜੀ ਅਫਾਦੀਅਤ ਹੈ। ਅਤੇ ਇਸੇ ਤਰ੍ਹਾਂ ਤੁਸੀਂ ਜਿਹੜਾ ਨਾ ਲੱਸੀ ਦਾ ਇਸਤੇਮਾਲ ਬਹੁਤ ਅੱਛਾ ਹੈ ਔਰ ਜਿਹੜੀਆਂ ਐਸੀਆਂ ਤਮਾਮ ਚੀਜ਼ਾਂ ਜਿਨ੍ਹਾਂ ਦੀ ਤਾਸੀਰ ਠੰਡੀ ਹੈ ਉਹਨਾਂ ਨੂੰ ਲੈਣਾ ਚਾਹੀਦਾ ਹੈ। ਅਤੇ ਜਦੋਂ ਤੱਕ ਜਿਸ ਬੱਚਿਆਂ ਦੇ ਹਵਾਲੇ ਨਾਲ ਮੈਂ ਇਹ ਕਹਿਣਾ ਚਾਹਾਂਗਾ ਕਿ ਕੋਸ਼ਿਸ਼ ਕਰੋ ਕਿ ਬੱਚੇ ਜਿਸ ਵੇਲੇ ਵੀ ਸਕੂਲ ਜਾਣ ਉਹਨਾਂ ਦੇ ਕੋਲ ਵਾਟਰ ਬੋਟਲ ਅਦਰਵਾਈਜ਼ ਵੀ ਹੁੰਦੀ ਹੈ, ਉਹਦੇ ਵਿੱਚ ਥੋੜ੍ਹਾ ਕੁ ਜਿਹੜਾ ਵੀ ਨਾ ਲੀਮੂ ਦਾ ਜਾਂ ਕਿਸੇ ਨਾ ਕਿਸੇ ਮਿਨਰਲ ਦਾ ORS ਟਾਈਪ ਜਾਂ ਨਮਕ ਸਾਦਾ ਉਹ ਵੀ ਵਿੱਚ ਪਾਇਆ ਜਾ ਸਕਦਾ, ਉਹ ਅੱਛਾ ਹੁੰਦਾ ਹੈ। ਔਰ ਬੱਚਿਆਂ ਨੂੰ ਜਿਹੜਾ ਨਾ ਤੁਸੀਂ ਨੈਚੁਰਲ ਡਰਿੰਕਸ ਜਿਹੜਾ ਵੇ ਫੋਰ ਦੈਟ ਮੈਟਰ ਦੁੱਧ ਹੋ ਗਿਆ, ਲੱਸੀ ਹੋ ਗਿਆ, ਉਹ ਉਹਨਾਂ ਨੂੰ ਦੇਵੋ। ਬਨਿਸਬਤ ਇਸ ਦੀ ਕਿ ਤੁਸੀਂ ਉਹਨਾਂ ਨੂੰ ਕਾਰਬੋਨੇਟਿਡ ਡਰਿੰਕਸ ਜਿਹੜਾ ਦਿੰਦੇ ਹੋ, ਖੁਦ ਜੂਸ ਬਣਾ ਕੇ ਦੇਵੋ, ਉਹ ਅੱਛੇ ਨੇ। ਔਰ ਉਹਨਾਂ ਦੀ ਡਾਇਟ ਦੇ ਵਿੱਚ ਜਿਹੜੀਆਂ ਤਲੀਆਂ ਹੋਈਆਂ ਚੀਜ਼ਾਂ ਨੇ ਉਹਨਾਂ ਨੂੰ ਕੱਟ ਕਰੋ ਔਰ ਉਹਨਾਂ ਨੂੰ ਇੱਕ ਸ਼ਾਮ ਦੇ ਟਾਈਮ ਦੇ ਉੱਤੇ ਜਿਹੜਾ ਨਾ ਕੁਛ ਫਿਜ਼ੀਕਲ ਐਕਸਰਸਾਈਜ਼ ਜਾਂ ਖੇਲ ਦੀ ਤਰਫ ਵੀ ਉਹਨਾਂ ਨੂੰ ਮਾਇਲ ਕਰੋ। ਇਹ ਬੜਾ ਹੀ ਜ਼ਰੂਰੀ ਹੈ ਕਿਉਂਕਿ ਅਗਰ ਉਹ ਅੱਛੀ ਡਾਇਟ ਵੀ ਲੈਣ ਉਹਦੇ ਨਾਲ ਨਾਲ ਕੁਛ ਨਾ ਕੁਛ ਐਕਸਰਸਾਈਜ਼ ਜਾਂ ਫਿਜ਼ੀਕਲ ਐਕਟੀਵਿਟੀ ਵੀ ਕਰਨੀ ਜ਼ਰੂਰੀ ਹੈ। ਇਸ ਤਰ੍ਹਾਂ ਬੱਚੇ ਜਿਹੜੇ ਨਾ ਜ਼ਿਆਦਾ ਹੈਲਦੀ ਰਹਿ ਸਕਦੇ ਨੇ। ਅਤੇ ਬਾਕੀ ਤਮਾਮ ਲੋਕਾਂ ਵਾਸਤੇ ਇਹੀ ਮੇਰੀ ਤਰਫੋਂ ਇੱਕ ਰਿਕੁਐਸਟ ਵੀ ਕਹਿ ਲਓ ਜਾਂ ਐਡਵਾਈਸ ਕਹਿ ਲਓ, ਮਸ਼ਵਰਾ ਕਹਿ ਲਓ ਕਿ ਜਿਹੜਾ ਪਾਣੀ ਦਾ ਇਨਟੇਕ ਹੈ ਉਹਨੂੰ ਜ਼ਿਆਦਾ ਕਰਨਾ। ਪਾਣੀ ਦੇ ਨਾਲ ਅਗਰ ਲੀਮੂ ਪਾਣੀ ਹੋ ਸਕਦਾ ਹੈ, ਉਹਦੇ 'ਚ ਥੋੜ੍ਹਾ ਨਮਕ ਅਗਰ ਪਾ ਲਿਆ ਜਾਏ, ਉਹਦੇ ਵਿੱਚ ਕੀੜੇ ਵੀ ਇਸਤੇਮਾਲ ਕੀਤੇ ਜਾ ਸਕਦੇ ਨੇ, ਉਹਦੇ 'ਚ ਮਿੰਟ ਜਿਹੜਾ ਉਹ ਵੀ ਐਡ ਕੀਤਾ ਜਾ ਸਕਦਾ ਤਾਂ ਕਿ ਗਰਮੀ ਦੀ ਵਜ੍ਹਾ ਨਾਲ ਜਿਹੜੀ ਤੁਹਾਡੀ ਡੀਹਾਈਡਰੇਸ਼ਨ ਹੁੰਦੀ ਹੈ, ਨਮਕੀਆਤ ਤੁਹਾਡੇ ਜਿਸਮ ਤੋਂ ਨਿਕਲਦੇ ਨੇ, ਉਹਨਾਂ ਦੀ ਕਮੀ ਜਿਹੜੀ ਹੈ ਨਾ ਉਹ ਪੂਰੀ ਹੁੰਦੀ ਰਹੇ। ਇਸੇ ਤਰ੍ਹਾਂ ਅਗਰ ਬਾਜ਼ੂਕਾਤ ਕਿਸੇ ਨੂੰ ਡਾਇਰੀਆ ਹੋ ਜਾਂਦਾ ਹੈ ਜਾਂ ਪੇਟ ਦਾ ਕੋਈ ਇਸ਼ੂ ਹੋ ਜਾਂਦਾ ਤੇ ਉਹਨਾਂ ਨੂੰ ਪਾਣੀ ਦਾ, ਨਮਕ ਮਿਲੇ ਹੋਏ ਪਾਣੀ ਦਾ ਇਨਟੇਕ ਜਾਂ ORS ਵਾਟਰ ਵੀ ਜਿਹਨੂੰ ਅਸੀਂ ਕਹਿੰਦੇ ਹਾਂ ਉਹਦਾ ਇਨਟੇਕ ਉਹਨਾਂ ਨੂੰ ਜ਼ਿਆਦਾ ਕਰਾਓ ਤਾਂ ਕਿ ਉਹ ਜਲਦੀ ਜਿਹੜਾ ਨਾ ਮਤਲਬ ਰਿਕਵਰ ਹੋ ਜਾਣ। ਤੇ ਤੁਸੀਂ ਦੇਖੋ ਜਿਹੜਾ ਸਾਡੇ ਪੰਜਾਬ ਦੀ ਟ੍ਰੈਡੀਸ਼ਨ ਹੈ, ਜਿਹੜਾ ਅਸੀਂ ਆਪਣੇ ਸਾਡੇ ਪੁਰਖਾਂ ਦੇ ਰਿਵਾਜ ਸੀਗਾ, ਜਿਹੜਾ ਸ਼ਰਬਤ ਸ਼ਰਬਤ ਪੀਂਦੇ, ਉਹ ਕਿਹੜੇ ਸ਼ਰਬਤ ਸੀਗੇ? ਚਾਟੀ ਦੀ ਲੱਸੀ, ਜਿਸਦੇ ਉੱਤੋਂ ਉਹਨਾਂ ਨੇ ਐਕਸੈਸ ਫੈਟ ਜਿਹੜੀ ਹੈ ਉਹ ਉਤਾਰ ਲਈ ਹੈ, ਮੱਖਣ ਕੱਢ ਲਿਆ, ਅਤੇ ਪਿੱਛੇ ਉਹ ਜਿਹੜੀ ਛਾਜ ਹੈ ਉਹ ਇੱਕ ਬੜਾ ਹੈਲਦੀ ਡਰਿੰਕ ਹੈ ਜਿਹੜਾ ਸਿਹਤਮੰਦ ਵੀ ਹੈ ਔਰ ਤੁਹਾਨੂੰ ਉਹਦੇ ਵਿੱਚ ਨੁਕਸਾਨ ਨਹੀਂ ਪਹੁੰਚਾ ਰਿਹਾ ਹੁੰਦਾ। ਔਰ ਸੱਤੂ ਇਸ ਮੌਸਮ ਦੀ ਖਾਸ ਅਸੀਂ ਪੀਂਦੇ ਹਾਂ। ਫਿਰ ਜਿਸ ਤਰ੍ਹਾਂ ਤੁਸੀਂ ਦੱਸਿਆ ਫਰੂਟ ਦੇ ਜੂਸਿਸ ਨੇ, ਗੰਨੇ ਦਾ ਰਸ ਜਾਂ ਪਾਲਸੇ ਦਾ ਸ਼ਰਬਤ ਬਣਦਾ ਹੈ, ਕਾਫੀ ਅੱਛੇ ਨੇ ਬਿਲਕੁਲ। ਤੇ ਇਹ ਜਿਹੜੇ ਸਾਡੇ ਆਪਣੇ ਰਵਾਇਤੀ ਜਿਹੜੇ ਨੇ ਨਾ ਸੰਦਲ ਦਾ ਸ਼ਰਬਤ, ਮਜ਼ੂਰੀ ਦਾ ਸ਼ਰਬਤ, ਇਹ ਬਹੁਤ ਅੱਛੇ ਨੇ। ਔਰ ਇਹਨਾਂ ਦੇ ਇਮਲੀ ਆਲੂ ਬੁਖਾਰਾ, ਇਮਲੀ ਆਲੂ ਬੁਖਾਰਾ ਕੋਸ਼ਿਸ਼ ਕਰਨ ਕਿ ਖੁਦ ਵੀ ਮਤਲਬ ਘਰ ਦੇ ਵਿੱਚ ਚੀਜ਼ਾਂ ਬਣਾਈਆਂ ਜਾ ਸਕਦੀਆਂ। ਅਗਰ ਆਪ ਬਣਾਉਂਦੇ ਨੇ ਤੇ ਉਹ ਜ਼ਿਆਦਾ ਹਾਈਜੀਨਿਕ ਹੋਏਗਾ, ਉਹ ਜ਼ਿਆਦਾ ਹਿਫਜ਼ਾਨੇ ਸਿਹਤ ਦੇ ਅਸੂਲਾਂ ਦੇ ਮੁਤਾਬਿਕ ਹੋਏਗਾ। ਬਾਹਰੋਂ ਜਿਹੜੀ ਚੀਜ਼ ਲਈ ਹੁੰਦੀ ਹੈ ਉਹ ਕਿੰਨੀ ਵੀ ਅੱਛੀ ਹੋਵੇ, ਘਰ ਵਾਲੀ ਚੀਜ਼ ਜ਼ਿਆਦਾ ਕੰਪੈਰੇਟਿਵਲੀ ਚੰਗੀ ਹੁੰਦੀ ਹੈ। ਅਤੇ ਸਾਨੂੰ ਘਰ ਦੇ ਵਿੱਚ ਹੀ ਇਹ ਚੀਜ਼ਾਂ ਨੂੰ ਬਣਾ ਕੇ ਅਤੇ ਖੁਦ ਵੀ ਖਾਣਾ ਚਾਹੀਦਾ, ਆਪਣੇ
ਪਰੋਣਿਆਂ ਨੂੰ ਵੀ ਖਵਾਉਣਾ ਚਾਹੀਦਾ ਤੇ ਆਪਣੇ ਬੱਚਿਆਂ ਨੂੰ ਵੀ ਇਹ ਚੀਜ਼ਾਂ ਖਵਾਉਣੀਆਂ ਚਾਹੀਦੀਆਂ। ਬੜੀ ਚੰਗੀ ਤੁਸੀਂ ਐਡਵਾਈਸ ਕੀਤੀ, ਬੜਾ ਹੀ ਸਹੀ ਤੁਸੀਂ ਸੁੱਚਾ ਮਸ਼ਵਰਾ ਜਿਹੜਾ ਹੈ ਉਹ ਦਿੱਤਾ ਹੈ ਕਿ ਆਪ ਕਰੋ ਸਾਰੇ ਕੰਮ, ਹੁਣ ਇਹ ਜ਼ਮਾਨੇ ਆ ਗਏ ਨੇ ਕਿ, ਔਰ ਵੈਸੇ ਵੀ ਮੇਰਾ ਖਿਆਲ ਹੈ ਘਰ ਦੇ ਬਣੇ ਹੋਏ ਖਾਣੇ ਦਾ ਕੋਈ ਮੁਕਾਬਲਾ ਨਹੀਂ ਹੋ ਸਕਦਾ, ਉਹ ਤੁਸੀਂ ਆਪਣੀ ਮਰਜ਼ੀ ਨਾਲ ਸਾਫ਼ ਸੁਥਰਾ ਆਪਣੇ ਅਕੋਰਡਿੰਗ ਟੂ ਯੋਰ ਨੀਡ ਐਂਡ ਟੇਸਟ ਬਣਾ ਲੈਂਦੇ ਹੋ, ਔਰ ਥੋੜ੍ਹੀ ਜਿਹੀ ਮਿਹਨਤ ਜ਼ਿਆਦਾ ਲੱਗਦੀ ਹੈ ਅੱਜ ਕੱਲ੍ਹ ਦਾ ਜਿਸ ਤਰ੍ਹਾਂ ਦਾ ਜ਼ਮਾਨਾ ਹੁਣ ਆ ਗਿਆ ਸਾਡਾ ਕਿ ਕੰਮ ਜ਼ਿਆਦਾ ਨੇ, ਵਕਤ ਥੋੜ੍ਹਾ ਹੈ, ਔਰ ਅਸੀਂ ਆਪਣੀ ਜ਼ਿੰਦਗੀ ਇਤਨੀ ਮਸਰੂਫ ਕਰ ਲਈਏ, ਬਾਅਦ ਕਰ ਤੇ ਗਏ ਜ਼ਰੂਰੀ ਤੌਰ 'ਤੇ ਮਸਰੂਫ ਕਰ ਲਈਏ, ਜਿਸ ਦੀ ਵਜ੍ਹਾ ਤੋਂ ਨਾ ਸਾਡੇ ਸੌਣ ਜਾਗਣ ਦਾ ਟਾਈਮ ਕੋਈ ਸੈੱਟ ਹੋ ਸਕਦਾ ਹੈ, ਨਾ ਕੋਈ ਇੰਨਾ ਚੰਗਿਆ ਕੰਮਾਂ ਵਾਸਤੇ ਸਾਡੇ ਕੋਲ ਟਾਈਮ ਨਿਕਲਦਾ ਹੈ ਕਿ ਅਸੀਂ ਆਪ ਕੋਈ ਸ਼ੈ ਬਣਾਈਏ ਬੱਚਿਆਂ ਲਈ, ਔਰ ਉਹਨਾਂ ਨੂੰ ਅਸੀਂ ਉਹਨਾਂ 'ਤੇ ਉਸ ਤਰ੍ਹਾਂ ਸਿਹਤ ਦਾ ਖਿਆਲ ਰੱਖ ਸਕੀਏ। ਖਾਸ ਤੌਰ 'ਤੇ ਜਿਹੜੇ ਵਰਕਿੰਗ ਲੇਡੀਜ਼ ਦੀ ਜਦੋਂ ਗੱਲ ਕਰੀਏ ਨਾ, ਜਿਹੜੀ ਵਰਕਿੰਗ ਲੇਡੀਜ਼ ਨੇ, ਉਹਨਾਂ ਲਈ ਫਿਰ ਇਟ ਬਿਕਮ ਦਾ ਚੈਲੰਜ ਕਿ ਉਹ ਫਿਰ ਆਪਣੇ ਬੱਚਿਆਂ ਦੀ ਦੇਖਭਾਲ ਇਤਨਾ ਅੱਛਾ ਕਿਸ ਤਰੀਕੇ ਨਾਲ ਕਰ ਸਕਣ। ਅਤੇ ਤੁਸੀਂ ਕੋਈ ਖਵਾਤੀਨ ਵਾਸਤੇ ਵੀ ਸਪੈਸ਼ਲੀ ਕੰਮ ਕਰ ਰਹੇ ਹੋ ਉਹਨਾਂ ਦੀ ਹੈਲਥ ਔਰ ਉਹਨਾਂ ਦੀ ਵੈਲਬੀਂਗ ਵਾਸਤੇ? ਮੈਡਮ, ਅਸੀਂ ਖਵਾਤੀਨ ਦੀ ਨਿਊਟ੍ਰੀਸ਼ਨਲ ਵੈਲਬੀਂਗ ਵਾਸਤੇ ਵੀ ਕੰਮ ਕਰ ਰਹੇ ਹਾਂ। ਇਸ ਵਕਤ ਮੈਂ ਤਮਾਮ ਆਪਣੇ ਵਿਊਅਰਸ ਨਾਲ ਔਰ ਸੁਣਨ ਵਾਲਿਆਂ ਨਾਲ ਇਹ ਸ਼ੇਅਰ ਕਰਨਾ ਚਾਹਾਂਗਾ ਕਿ ਖਵਾਤੀਨ ਦੀ ਹੈਲਥ ਦੇ ਬੜੇ ਸੀਰੀਅਸ ਇਸ਼ੂਜ਼ ਨੇ। ਨੈਸ਼ਨਲ ਹੈਲਥ ਸਰਵੇ ਦੇ ਮੁਤਾਬਿਕ ਪਾਕਿਸਤਾਨ ਦੇ ਵਿੱਚ 73% ਖਵਾਤੀਨ ਐਸੀਆਂ ਨੇ ਜਿਹੜੀਆਂ ਕਿ ਵਿਟਾਮਿਨ ਡੀ ਦੀ ਕਮੀ ਦਾ ਸ਼ਿਕਾਰ ਨੇ, ਔਰ ਜਿਨ੍ਹਾਂ ਦੇ ਅਸਰਾਤ ਸਪੈਸ਼ਲੀ ਜਿਹੜਾ ਹਰ ਏਜ ਦੇ ਵਿੱਚ ਔਰ ਵੱਡੀ ਏਜ ਦੇ ਵਿੱਚ ਜ਼ਿਆਦਾ ਵਾਜ਼ੇ ਤੌਰ 'ਤੇ ਜ਼ਾਹਿਰ ਹੁੰਦੇ ਨੇ। ਤਕਰੀਬਨ 53% ਖਵਾਤੀਨ ਐਸੀਆਂ ਨੇ ਜਿਹੜੀਆਂ ਕਿ ਖੂਨ ਦੀ ਕਮੀ ਦਾ ਸ਼ਿਕਾਰ ਨੇ, ਜਿਹਦੀ ਵਜ੍ਹਾ ਨਾਲ ਉਹਨਾਂ ਨੂੰ ਡਿਊਰਿੰਗ ਪ੍ਰੈਗਨੈਂਸੀ ਕਨਸੀਵ ਕਰਨ ਦੇ ਹਵਾਲੇ ਨਾਲ ਬਹੁਤ ਸਾਰੇ ਇਸ਼ੂਜ਼ ਦਾ ਸਾਹਮਣਾ ਕਰਨਾ ਪੈਂਦਾ ਹੈ। ਵਿਟਾਮਿਨ ਏ ਦੀ ਕਮੀ ਦਾ ਸ਼ਿਕਾਰ ਤਕਰੀਬਨ 39% ਖਵਾਤੀਨ ਨੇ ਪਾਕਿਸਤਾਨ ਦੇ ਵਿੱਚ। 18% ਖਵਾਤੀਨ ਐਸੀਆਂ ਹਨ ਜਿਹੜੀਆਂ ਕਿ ਓਵਰਵੇਟ ਨੇ, ਔਰ 29% ਖਵਾਤੀਨ ਐਸੀਆਂ ਹਨ ਜਿਹੜੀਆਂ ਕਿ ਅੰਡਰਵੇਟ ਹੋਣ। ਇਹਦੇ ਹਵਾਲੇ ਨਾਲ ਪੰਜਾਬ ਫੂਡ ਅਥਾਰਟੀ, ਕਿਉਂਕਿ ਇਹ ਬੜਾ ਹੀ ਮੈਂ ਸਮਝਦਾ ਵਾਂ ਕਿ ਖਤਰਨਾਕ ਸਟੈਟਸ ਨੇ ਜਿਹੜੇ ਮੈਂ ਤੁਹਾਡੇ ਨਾਲ ਸ਼ੇਅਰ ਕੀਤੇ ਨੇ, ਪੰਜਾਬ ਫੂਡ ਅਥਾਰਟੀ ਜਿਹੜੀ ਹੈ ਉਹ ਨਿਊਟ੍ਰੀਸ਼ਨਲ ਵੈਲਬੀਂਗ ਦੇ ਹਵਾਲੇ ਨਾਲ ਵੀ ਕੰਮ ਕਰਦੀ ਹੈ। ਅਤੇ ਅਸੀਂ ਸਕੂਲ ਐਜੂਕੇਸ਼ਨ ਔਰ ਹੈਲਥ ਐਜੂਕੇਸ਼ਨ ਸਕੂਲ ਐਜੂਕੇਸ਼ਨ ਔਰ ਹਰ ਐਜੂਕੇਸ਼ਨ ਦੀ ਮਦਦ ਦੇ ਨਾਲ ਅਸੀਂ ਸਕੂਲ ਦੇ ਵਿੱਚ ਜਿਹੜਾ ਲੜਕੀਆਂ ਦੇ ਸਕੂਲਸ ਦੇ ਵਿੱਚ, ਗਰਲਸ ਸਕੂਲਸ ਦੇ ਵਿੱਚ ਔਰ ਕਾਲਜਿਸ ਦੇ ਵਿੱਚ ਜਿਹੜਾ ਈਟ ਹੈਲਦੀ ਵੀਮੈਨ ਕੈਂਪੇਨ ਸਟਾਰਟ ਕਰ ਰਹੇ। ਉਹਦਾ ਮਕਸਦ ਬੇਸਿਕਲੀ ਇਹ ਹੈ ਕਿ ਇੱਕ ਤਾਂ ਉਹਨਾਂ ਦੀ ਨਿਊਟ੍ਰੀਸ਼ਨ ਸਕਰੀਨਿੰਗ ਕਰਾਂਗੇ, ਉਸ ਤੋਂ ਇਲਾਵਾ ਵਾਲੰਟੀਅਰਸ ਦੀ ਬਲੱਡ ਸਕਰੀਨਿੰਗ ਕਰਾਂਗੇ, ਔਰ ਉਸ ਦੇ ਮੁਤਾਬਿਕ ਉਹਨਾਂ ਨੂੰ ਅਸੀਂ ਦੱਸਾਂਗੇ ਕਿ ਤੁਹਾਡੇ ਵਾਸਤੇ ਰੈਕਮੈਂਡੇਟਰੀ ਡਾਇਟਸ ਕਿਹੜੀਆਂ ਕਿਹੜੀਆਂ ਨੇ, ਕਿਹੜੀਆਂ ਡਾਇਟਸ ਨੇ ਜਿਹੜੀਆਂ ਚੰਗੀਆਂ ਨੇ ਔਰ ਤੁਹਾਨੂੰ ਉਹ ਲੈਣੀਆਂ ਚਾਹੀਦੀਆਂ ਨੇ। ਔਰ ਅਸੀਂ ਇਹਦੇ ਉੱਤੇ ਇੱਕ ਕਿਤਾਬਚਾ ਵੀ ਜਿਹੜਾ ਵੀ ਬਣਾ ਰਹੇ ਹਾਂ, ਔਰ ਉਹਦੇ ਉੱਤੇ ਸਾਡੀ ਟੀਮ ਕੰਮ ਕਰ ਰਹੀ। ਤਕਰੀਬਨ 80% ਸਾਡਾ ਕੰਮ ਜਿਹੜਾ ਉਹ ਉੱਤੇ ਕੰਪਲੀਟ ਹੋ ਚੁੱਕਿਆ ਹੈ ਕਿ ਅਸੀਂ ਹਰ ਏਜ ਦੀ ਖਵਾਤੀਨ ਵਾਸਤੇ ਕਿ ਉਹਨਾਂ ਦੇ ਇਸ਼ੂਜ਼ ਕਿਹੜੇ ਆ ਰਹੇ ਨੇ ਔਰ ਉਹਨਾਂ ਵਾਸਤੇ ਜਿਹੜੀ ਤਜਵੀਜ਼ ਕਰਦਾ ਗਜ਼ਾ ਹੈ ਉਹ ਕੀ। ਔਰ ਅੱਜ ਇਹ ਜਿਹੜੀਆਂ ਗਰਲਸ ਨੇ, ਅੱਜ ਜਿਹੜੀਆਂ ਇਹ ਲੜਕੀਆਂ ਨੇ, ਅਗਰ ਇਹ ਸਿਹਤਮੰਦ ਹੋਣਗੀਆਂ ਤਾਂ ਕੱਲ੍ਹ ਨੂੰ ਪੂਰਾ ਮੁਆਸ਼ਰਾ ਸਿਹਤਮੰਦ ਹੋਏਗਾ। ਔਰ ਬੱਚਿਆਂ ਦੇ ਵਿੱਚ ਜਿਹੜੇ ਇਸ਼ੂਜ਼ ਆ ਰਹੇ ਨੇ ਉਹ ਮਦਰਸ ਦੀ ਵਜ੍ਹਾ ਨਾਲ, ਬੱਚਿਆਂ ਨਾਲ ਬੜੇ ਕਾਮਨ ਜਿਹੜੇ ਇਸ਼ੂ ਬੱਚਿਆਂ ਦੇ ਵਿੱਚ ਆਉਂਦੇ ਨੇ ਐਟ ਬਰਥ, ਉਹ ਬੇਸਿਕਲੀ ਕੋਈ ਬੱਚੇ ਜਿਹੜੇ ਨੇ ਉਹਨਾਂ ਨੂੰ ਉਸ ਵਕਤ ਵੀ ਖੂਨ ਦੀ ਕਮੀ ਦਾ ਸ਼ਿਕਾਰ ਹੁੰਦੇ ਨੇ, ਠੀਕ ਹੈ, ਔਰ ਉਹਨਾਂ ਦੀ ਗਰੋਥ ਪ੍ਰੋਪਰ ਨਹੀਂ ਹੁੰਦੀ, ਉਹਨਾਂ ਨੂੰ ਜਿਹੜਾ ਲੰਗਸ ਦੇ ਇਸ਼ੂ ਆ ਰਹੇ ਹੁੰਦੇ ਨੇ, ਉਹਦੀ ਵਜ੍ਹਾ ਇਹ ਹੀ ਹੁੰਦੀ ਹੈ ਕਿ
ਪਿੱਛੇ ਉਹਨਾਂ ਦੀ ਮਦਰ ਦੀ ਜਿਹੜੀ ਹੈਲਥ ਹੁੰਦੀ ਉਹ ਚੰਗੀ ਨਹੀਂ ਹੁੰਦੀ, ਤੇ ਅਸੀਂ ਉਹਦੇ ਉੱਤੇ ਭਰਪੂਰ ਤਰੀਕੇ ਨਾਲ ਕੰਮ ਕਰ ਰਹੇ ਹਾਂ ਔਰ ਇਨਸ਼ਾਅੱਲਾ ਬੜੀ ਜਲਦੀ ਅਸੀਂ ਉਹਦਾ ਇਨਾਗਰੇਸ਼ਨ ਵੀ ਇਨਸ਼ਾਅੱਲਾ ਪਲੈਨ ਕਰ ਰਹੇ ਹਾਂ ਔਰ ਉਹਨੂੰ ਇੱਕ ਮਿਸ਼ਨ ਦੇ ਤੌਰ 'ਤੇ ਅਸੀਂ ਲੈ ਕੇ ਚੱਲਣਾ ਚਾਹੁੰਦੇ ਹਾਂ ਕਿ ਅਗਰ ਖਵਾਤੀਨ ਅੱਛੀ ਉਹਨਾਂ ਦੀ ਸਿਹਤ ਹੋਏਗੀ ਅਤੇ ਬੱਚਿਆਂ ਦੀ ਵੀ ਸਿਹਤ ਅੱਛੀ ਹੋਏਗੀ ਔਰ ਮੁਆਸ਼ਰੇ ਦੀ ਵੀ ਓਵਰਆਲ ਜਿਹੜੀ ਨਾ ਸਿਹਤ ਅੱਛੀ ਹੋਏਗੀ। ਬਹੁਤ ਹੀ ਜ਼ਬਰਦਸਤ ਕੰਮ ਕਰ ਰਹੇ ਹੋ ਆਸਿਮ, ਤੁਸੀਂ ਦੇਖੋ ਕਿੰਨਾ ਅਲਾਰਮਿੰਗ ਹੈ, ਪਾਕਿਸਤਾਨ ਇਤਨੀ ਧੁੱਪ ਹੈ, ਵਿਟਾਮਿਨ ਡੀ ਤੇ ਤੁਹਾਨੂੰ ਧੁੱਪਣਾ ਨਹੀਂ ਮਿਲਦਾ ਨਾ, ਜਦੋਂ ਧੁੱਪ ਤੁਹਾਡੇ ਜਿਸਮ ਦੇ ਦਿਲ ਤੇ ਉੱਤੇ ਪੈਂਦੀ ਹੈ ਉਸ ਵੇਲੇ ਤੁਹਾਡੇ ਜਿਸਮ ਜਿਹੜਾ ਹੈ ਉਹ ਵਿਟਾਮਿਨ ਡੀ ਬਣਾਉਂਦਾ ਹੈ, ਔਰ ਜਦੋਂ ਤੱਕ ਵਿਟਾਮਿਨ ਡੀ ਤੁਹਾਡੇ ਜਿਸਮ ਵਿੱਚ ਪੂਰਾ ਨਾ ਹੋਏ ਕੈਲਸ਼ੀਅਮ ਤੁਹਾਡੀ ਹੱਡੀਆਂ ਜਜ਼ਬ ਨਹੀਂ ਹੋ ਸਕਦਾ ਔਰ ਤੁਹਾਡੇ ਜਿਸਮ ਦਾ ਹਿੱਸਾ ਨਹੀਂ ਬਣਦਾ। ਅਤੇ ਸਾਡੇ ਇੱਥੇ ਕੁਛ ਇਸ ਤਰ੍ਹਾਂ ਦਾ ਇੱਕ ਮੇਰਾ ਖਿਆਲ ਹੈ ਲੈਕ ਆਫ ਇਨਫੋਰਮੇਸ਼ਨ ਹੀ ਹੈ ਕਿ ਸਾਨੂੰ ਇਹ ਅੰਦਾਜ਼ਾ ਨਹੀਂ ਕਿ ਧੁੱਪ ਨੂੰ ਕਿਸ ਤਰ੍ਹਾਂ ਅਸੀਂ ਇਸਤੇਮਾਲ ਕਰਨਾ ਹੈ ਫੋਰ ਆਰ ਓਨ ਬੈਨੀਫਿਟ ਔਰ ਕਿਸ ਤਰ੍ਹਾਂ ਦੀ ਧੁੱਪ ਸਾਨੂੰ ਤਾਂ ਵੈਸੇ ਕਾਲੇ ਹੋਣ ਦਾ ਇਤਨਾ ਡਰ ਪਿਆ ਕਿ ਅਸੀਂ ਧੁੱਪੇ ਜਾਂਦੇ ਨਹੀਂ ਹੈ, ਧੁੱਪ ਤੋਂ ਜਿਤਨਾ ਬਚ ਸਕੀਏ ਉਤਨਾ ਬਚਦੇ ਹਾਂ। ਅਤੇ ਔਰ ਦੂਸਰੀ ਗੱਲ ਹੈ ਕਿ ਤੁਹਾਡੀ ਸਕਿਨ ਦੇ ਉੱਤੇ ਡਾਇਰੈਕਟ ਪੈਣੀ ਚਾਹੀਦੀ ਨਾ, ਉਸਦਾ ਵੀ ਸਾਡੇ ਕੋਈ ਇਤਨਾ ਮੇਰਾ ਖਿਆਲ ਹੈ ਅਸੀਂ ਉਸਨੂੰ ਐਕਸੈਪਟੈਂਸ ਨਹੀਂ ਹੈ ਸਾਡੇ ਨਹੀਂ, ਉਹ ਜਿਹੜੇ ਸਨ ਬੈਫ ਲੈਂਦੇ ਨੇ ਉੱਥੇ ਗੋਰੇ, ਉਹ ਤਾਂ ਤੁਹਾਨੂੰ ਪਤਾ ਇੱਥੇ ਕੁਛ ਹੋਏ ਅਤੇ ਖੂਨ ਦੀਆਂ ਨਦੀਆਂ ਪੈ ਜਾਣ, ਪਰ ਇਹ ਬੜਾ ਜ਼ਰੂਰੀ ਹੈ ਔਰ ਇਹ ਸਮਝਾਉਣਾ ਵੀ ਕਿ ਕਿਸ ਤਰ੍ਹਾਂ ਕਿਹੜੇ ਵਕਤ ਦੀ ਧੁੱਪ ਜਿਹੜੀ ਹੈ ਧੁੱਪ ਤੁਹਾਨੂੰ ਚਾਹੀਦੀ ਹੈ ਔਰ ਜਿਸ ਤਰ੍ਹਾਂ ਛੋਟੇ ਬੱਚੇ ਨੇ ਅਸੀਂ ਧੁੱਪ ਛੁਆਵਾਂ ਲਗਵਾਉਂਦੇ ਹਾਂ ਉਹਨਾਂ ਨੂੰ ਧੁੱਪ ਪੈਂਦੀਆਂ ਤਾਂ ਕਿ ਉਹਨਾਂ ਦੀਆਂ ਵੀ ਵਿਟਾਮਿਨ ਡੀ ਦੀ ਕਮੀ ਪੂਰੀ ਹੋ ਸਕੇ, ਔਰ ਇਹ ਉਸ ਵਕਤ ਤੱਕ ਨਹੀਂ ਹੋ ਸਕਦਾ ਜਿਸ ਵਕਤ ਤੱਕ ਤੁਸੀਂ ਬਿਲਕੁਲ ਆਪਣੀ ਟਾਰਗੇਟ ਆਡੀਅੰਸ ਤੁਸੀਂ ਬਿਲਕੁਲ ਸਹੀ ਆਈਡੈਂਟੀਫਾਈ ਕੀਤੀਆਂ ਨੇ, ਜਿਹੜੀਆਂ ਬੱਚੀਆਂ ਨੇ ਸਾਡੀਆਂ ਜਿਹੜੀਆਂ ਸਕੂਲਾਂ 'ਚ ਇਸ ਵਕਤ ਪੜ੍ਹ ਰਹੀਆਂ ਨੇ, ਕਿਉਂਕਿ ਉਹਨਾਂ ਨੂੰ ਤੁਸੀਂ ਦੱਸੋਗੇ ਕਿ ਕਿਸ ਤਰ੍ਹਾਂ ਉਹਨਾਂ ਨੇ ਆਪਣਾ ਖਿਆਲ ਰੱਖਣਾ ਹੈ ਔਰ ਜਦੋਂ ਆਪਣਾ ਖਿਆਲ ਰੱਖਣਗੀਆਂ ਤਾਂ ਫਿਰ ਆਉਣ ਵਾਲੀ ਨਸਲ ਦਾ ਉਹ ਖਿਆਲ ਰੱਖ ਸਕਦੀਆਂ। ਜਿਸ ਤਰ੍ਹਾਂ ਤੁਸੀਂ ਅਜੇ ਗੱਲ ਕੀਤੀ ਕਿ ਬੱਚਿਆਂ ਦੇ ਜਿਹੜੇ ਮਸਾਇਲ ਨੇ ਬਹੁਤ ਜ਼ਿਆਦਾ ਮਸਾਇਲ ਉਹਨਾਂ ਦੇ ਪੈਦਾਇਸ਼ ਤੋਂ ਪਹਿਲੇ ਦੇ ਹੀ ਸ਼ੁਰੂ ਹੋ ਜਾਂਦੇ ਨੇ, ਜਿਹਨਾਂ ਦੇ ਵਿੱਚੋਂ ਇੱਕ ਇਹਨਾਂ ਦੀ ਮੈਂਟਲ ਐਬਿਲਿਟੀਜ਼ ਦੀ ਜਿਹੜੀ ਹੈ ਡਿਵੈਲਪਮੈਂਟ, ਜਿਸਨੂੰ ਕੋਗਨੀਟਿਵ ਐਬਿਲਿਟੀਜ਼ ਦੀ ਡਿਵੈਲਪਮੈਂਟ ਹੈ ਔਰ ਸਟੰਟਿੰਗ ਦੇ ਸ਼ਿਕਾਰ ਹੁੰਦੇ ਨੇ ਬੱਚੇ ਕਿਉਂਕਿ ਮਾਂ ਅੰਡਰ ਨਰਿਸ਼ਡ ਹੈ, ਮਾਂ ਦਾ ਅਸੀਂ ਇਤਨਾ ਅੱਛਾ ਖਿਆਲ ਨਹੀਂ ਰੱਖ ਰਹੇ ਅਤੇ ਉਸਨੂੰ ਉਸ ਤਰ੍ਹਾਂ ਦੀ ਖੁਰਾਕ ਨਹੀਂ ਦੇ ਸਕ ਰਹੇ, ਉਸ ਤਰ੍ਹਾਂ ਦਾ ਆਰਾਮ ਔਰ ਉਸ ਤਰ੍ਹਾਂ ਦਾ ਜ਼ਰਾ ਟੈਨਸ਼ਨ ਤੋਂ ਆਜ਼ਾਦ ਵਕਤ ਉਸਨੂੰ ਦੇਣਾ ਉਸਨੂੰ ਬੜਾ ਜ਼ਰੂਰੀ ਹੈ। ਮੈਂ ਇਹ ਅਰਜ਼ ਕਰਨਾ ਚਾਹੁੰਦਾ ਜਿਸ ਨੈਪੋਲੀਅਨ ਨੇ ਕਿਹਾ ਸੀ ਗਿਵ ਮੀ ਗੁੱਡ ਮਦਰਸ ਆਈ ਵਿਲ ਗਿਵ ਯੂ ਪਰਮਿਸ਼ਨ, ਹੁਣ ਗੁੱਡ ਮਦਰਸ ਦੇ ਵਿੱਚ ਜਿਹੜਾ ਨਾ ਬੇਸਿਕਲੀ ਇੱਕ ਤੇ ਐਜੂਕੇਟਿਡ ਮਦਰਸ ਨੇ ਔਰ ਦੂਸਰਾ ਹੈਲਦੀ ਮਦਰਸ, ਹੈਲਦੀ ਐਂਡ ਹੈਪੀ। ਅਗਰ ਮਦਰ ਜਿਹੜਾ ਵੇ ਜਿਹੜੀ ਹੈ ਉਹ ਹੈਲਦੀ ਔਰ ਹੈਪੀ ਹੋਏਗੀ, ਬੱਚਾ ਵੀ ਓਨਾ ਹੀ ਹੈਲਦੀ ਨਜ਼ਰ ਆਏਗਾ, ਓਨਾ ਹੀ ਉਹ ਹੈਪੀ ਨਜ਼ਰ ਆਏਗਾ। ਅਗਰ ਮਦਰ ਦੇ ਉੱਤੇ ਮੁਖਤਲਿਫ ਕਿਸਮ ਦੀਆਂ ਟੈਨਸ਼ਨਸ ਨੇ ਔਰ ਮੁਖਤਲਿਫ ਕਿਸਮ ਦੇ ਉਹ ਨਫਸਿਆਤੀ ਮਸਾਇਲ ਤੋਂ ਗੁਜ਼ਰ ਰਹੀ ਹੈ ਅਤੇ ਬੱਚਾ ਵੀ ਇਸੇ ਤਰ੍ਹਾਂ ਹੀ ਦੇ ਚੀਜ਼ਾਂ ਦਾ ਸ਼ਿਕਾਰ ਹੋਏਗਾ, ਅਤੇ ਇਸ ਵਜ੍ਹਾ ਤੋਂ ਇਹ ਬੜਾ ਹੀ ਜ਼ਰੂਰੀ ਹੈ ਇਸ ਚੀਜ਼ ਦੀ ਆਗਾਹੀ ਔਰ ਬੜੀਆਂ ਸਿੰਪਲ ਜਿਹੀਆਂ ਇੰਟਰਵੈਂਸ਼ਨਸ ਨੇ। ਇਹ ਨਹੀਂ ਕਿ ਤੁਸੀਂ ਬਹੁਤ ਮਤਲਬ ਆਇਰਨ ਲੈਣ ਵਾਸਤੇ ਦੂਸਰਾ ਤੋਂ ਬਹੁਤ ਜ਼ਿਆਦਾ ਜੋ ਹੈ ਨਾ ਤੁਸੀਂ ਉਹਨੂੰ ਸਬਜ਼ੀਆਂ ਤੋਂ ਹਾਸਿਲ ਕਰ ਸਕਦੇ ਹੋ, ਆਪਣਾ ਸੇਬ ਤੋਂ ਹਾਸਿਲ ਕਰ ਸਕਦੇ, ਗ੍ਰੀਨ ਲੀਫੀ ਸਬਜ਼ੀਆਂ ਜਿਹੜੀਆਂ ਹੈ ਨੇ, ਠੀਕ ਹੈ, ਸਬਜ਼ ਪੱਤਿਆਂ ਦੀਆਂ ਸਬਜ਼ੀਆਂ ਜਿਹੜੀਆਂ ਨੇ, ਅਤੇ ਇਸੇ ਤਰ੍ਹਾਂ ਵਿਟਾਮਿਨ ਡੀ ਦਾ ਸਨ ਇੰਨਾ ਰਿਚ ਸੋਰਸ ਹੈ, ਦੁੱਧ ਦੇ ਵੀ ਇੰਨਾ ਰਿਚ ਸੋਰਸ ਹੈ ਐਂਡ ਸੋ ਮੈਨੀ ਅਦਰ ਥਿੰਗਸ, ਠੀਕ ਹੈ, ਵਿਟਾਮਿਨ ਸੀ ਦੇ ਸਾਨੂੰ ਸੋਰਸਿਸ ਪਤਾ ਨੇ, ਠੀਕ ਹੈ, ਸਿਟਰਸ ਨੇ, ਗਵਾ ਹੈ, ਠੀਕ ਹੈ, ਅਤੇ ਸਾਨੂੰ ਥੋੜ੍ਹਾ ਸਾਰਾ ਐਜੂਕੇਟ ਕਰਨ ਦੀ ਜ਼ਰੂਰਤ ਹੈ ਕਿ ਅਸਾਂ ਚੋਇਸ ਕੀ ਕਰਨੀ ਹੈ, ਅਸਾਂ ਜੰਕ
ਫੂਡਸ ਦੀ ਤਰਫ ਜਾਣਾ ਵੇ, ਅਸਾਂ ਜਿਹੜਾ ਇਹਨਾਂ ਕਾਰਬੋਨੇਟਿਡ ਡਰਿੰਕਸ ਦੀ ਤਰਫ ਜਾਣਾ ਵੇ, ਜਾਂ ਇਹਨਾਂ ਹੈਲਦੀ ਚੋਇਸਿਸ ਦੀ ਤਰਫ ਜਾਣਾ ਹੈ। ਔਰ ਫੋਰ ਦੈਟ ਮੈਟਰ ਅਸੀਂ ਅਗਰ 60 ਸਾਲ ਜਾਂ 70 ਸਾਲ ਪੁਰਾਣੇ ਇਨਸਾਨ ਦੀ ਲਾਈਫ ਨੂੰ ਔਰ ਉਹਦੀ ਆਪਣਾ ਜਿਹੜਾ ਖਾਣ ਪੀਣ ਦੀ ਹੈਬਿਟਸ ਨੇ ਉਹਨਾਂ ਨੂੰ ਵੇਖਦੇ ਹਾਂ ਔਰ ਉਹਨਾਂ ਦੇ ਕਰੀਬ ਚਲੇ ਜਾਂਦੇ ਹਾਂ, ਸਾਡੀ ਵੀ ਸਿਹਤ ਜਿਹੜੀ ਹੈ ਚੰਗੀ ਹੋਣਾ ਸ਼ੁਰੂ ਹੋ ਜਾਏਗੀ। ਜ਼ਬਰਦਸਤ। ਅੱਛਾ ਜੀ ਆਸਿਮ, ਹੁਣ ਸਾਡੇ ਕੋਲ ਮੈਸੇਜਸ ਆ ਰਹੇ ਨੇ ਜਨਾਬ। ਦੇਖੋ ਸਾਨੂੰ ਸਭ ਤੋਂ ਪਹਿਲੇ ਜੀ ਕਿੰਦਰ ਵੀਰ ਸਰਾ ਸਾਹਿਬ ਨੇ ਮੈਸੇਜ ਕੀਤਾ ਹੈ ਚੜ੍ਹਦੇ ਪੰਜਾਬ ਤੋਂ, ਤੇ ਸਤਿ ਸ੍ਰੀ ਅਕਾਲ ਕਹਿ ਰਹੇ ਨੇ ਸਾਨੂੰ। ਸਤਿ ਸ੍ਰੀ ਅਕਾਲ ਸਰਦਾਰ ਜੀ ਤੁਹਾਨੂੰ ਵੀ। ਮਾਰੀਆ ਚੌਧਰੀ ਕਹਿ ਰਹੇ ਨੇ ਕਿ ਬੜਾ ਹੀ ਚੰਗਾ ਪ੍ਰੋਗਰਾਮ ਹੈ। ਔਰ ਇਬਰਾਹੀਮ ਕਿਲਿਆਰੀ ਜਿਹੜੇ ਨੇ ਉਹਨਾਂ ਨੇ ਵੀ, ਉਹ ਵੀ ਸਾਡੇ ਨਾਲ ਮੌਜੂਦ ਨੇ ਡੇਰਾ ਗਾਜੀ ਖਾਨ ਤੋਂ। ਫਿਰ ਉਸਦੇ ਬਾਅਦ ਮਹਿਰ ਇਮਰਾਨ ਸਾਹਿਬ ਨੇ ਸਲਾਮ ਭੇਜਿਆ ਤੁਹਾਨੂੰ। ਔਰ ਗਗਨਪਰ ਖਾਨ ਮੜਲ ਮੁਲਤਾਨੀ ਜਿਹੜੇ ਨੇ ਉਹਨਾਂ ਦੇ ਨਾਲ ਕਾਫੀ ਸਾਰੇ ਉਸਤਾਹਬਾਦ ਕੀ ਕਹਿ ਰਹੇ ਨੇ ਜੀ। ਆਲ ਪਾਕਿਸਤਾਨ ਰੇਡੀਓ ਲਿਸਨਰਸ, ਗਗਨਪਰ ਖਾਨ ਮੜਲ, ਫਿਆਜ਼ ਖਾਨ ਮੜਲ, ਸ਼ਹਿਜ਼ਾਦ ਖਾਨ ਮੜਲ ਫਰੋਮ ਬਸਤੀ ਮਲੂਕ, ਤੇ ਉਹਨਾਂ ਵੱਲੋਂ ਕਹਿ ਰਹੇ ਨੇ ਬੜਾ ਕਮਾਲ ਧਮਾਲ ਸ਼ੋ ਹੈ ਸਾਡਾ, ਵਾਹ ਵਾਹ, ਥੈਂਕ ਯੂ। ਨਜ਼ੀਰ ਅਹਿਮਦ ਸਾਹਿਬ ਚੈੱਕ ਨੰਬਰ 143 ਟੀ ਡੀ ਏ ਲਈਆ ਤੋਂ ਕਹਿ ਰਹੇ ਨੇ ਸਲਾਮ ਭੇਜਿਆ ਤੁਹਾਨੂੰ ਔਰ ਦੁਆਵਾਂ ਦੇ ਰਹੇ ਨੇ, ਬੜੀ ਮਿਹਰਬਾਨੀ। ਆਮਿਰ ਸ਼ੇਰ ਸਾਹਿਬ ਵੀ ਜਿਹੜੇ ਨੇ ਉਹ ਕਹਿ ਰਹੇ ਨੇ ਕਿ ਬੜਾ ਅੱਛਾ ਸੀ ਟੌਪਿਕ ਜਿਹੜਾ ਹੈ ਉਹ ਚੂਜ਼ ਕੀਤਾ ਹੈ, ਅਤੇ ਅਸੀਂ ਆਪਣੇ ਸੁਣਨ ਵਾਲਿਆਂ ਨੂੰ ਨਾਲ ਸ਼ਾਮਿਲ ਕਰਦੇ ਰਹਾਂਗੇ ਔਰ ਕੋਈ ਮੇਰਾ ਖਿਆਲ ਦੇ ਨਾਲ ਹੀ ਥੋੜ੍ਹਾ ਬਹੁਤ ਮਿਊਜ਼ਿਕ ਵੀ ਸੁਣਦੇ ਰਹਾਂਗੇ। ਹੁਣ ਆਸਿਮ ਦੀ ਫਰਮਾਇਸ਼ 'ਤੇ ਤੁਹਾਨੂੰ ਇੱਕ ਗਾਣਾ ਅਸੀਂ ਸੁਣਾਉਂਦੇ ਹਾਂ ਜਿਹੜਾ ਉਹਨਾਂ ਨੇ ਬੜਾ ਇੱਕ ਬੜਾ ਹੀ ਕਲਾਸਿਕਲ ਸੌਂਗ ਜਿਹੜਾ ਹੈ ਸਾਡੇ ਲਈ ਕਢਾਇਆ। ਚਲੋ ਜੀ ਇੰਜੋਏ ਕਰਦੇ ਹਾਂ। ਅੱਛਾ ਜੀ ਇੱਕ ਦਫ਼ਾ ਫਿਰ ਤੁਹਾਨੂੰ ਆਪਣੇ ਪ੍ਰੋਗਰਾਮ ਵਿੱਚ ਕੀ ਆਇਆਂ ਨੂੰ ਕਹਿੰਦੇ ਹਾਂ। ਸਾਡੇ ਨਾਲ ਆਸਿਮ ਜਾਵੇਦ ਮੌਜੂਦ ਨੇ ਜੋ ਕਿ ਡੀ ਜੀ ਨੇ ਪੰਜਾਬ ਫੂਡ ਅਥਾਰਟੀ ਦੇ, ਔਰ ਸਾਡੇ ਨਾਲ ਬੜੀ ਹੀ ਜ਼ਰੂਰੀ ਔਰ ਅਹਿਮ ਗੱਲਾਂ ਜਿਹੜੀਆਂ ਨੇ ਉਹ ਸਾਂਝੀਆਂ ਕਰ ਰਹੇ ਨੇ। ਅਤੇ ਆਸਿਮ ਮੈਨੂੰ ਦੱਸੋ ਕਿ ਟੈਕਨੋਲੋਜੀ ਦਾ ਕਿੰਨਾ ਕੁ ਇਸਤੇਮਾਲ ਹੈ ਤੁਹਾਡੇ ਕੰਮ ਵਿੱਚ ਅਤੇ ਤੁਹਾਡੀ ਅਥਾਰਟੀ 'ਚ? ਮੈਡਮ ਅਸੀਂ ਜਿਸ ਵਕਤ ਵੀ ਇੰਸਪੈਕਸ਼ਨ ਕਰਦੇ ਹਾਂ ਅਤੇ ਸਾਡੇ ਕੋਲ ਗੈਜਟਸ ਹੁੰਦੇ ਨੇ, ਸਾਡੇ ਕੋਲ ਐਸੇ ਹਾਲਾਤ ਹੁੰਦੇ ਨੇ ਕਿ ਜਿਹੜੀ ਮੌਕੇ ਦੇ ਉੱਤੇ ਅਸੀਂ ਟੈਸਟ ਕਰ ਲੈਂਦੇ ਹਾਂ ਔਰ ਡਿਟਰਮਿਨ ਕਰ ਲੈਂਦੇ ਹਾਂ ਕਿ ਇਹਦੇ 'ਚ ਕੋਈ ਮਿਲਾਵਟ ਹੈ ਕਿ ਨਹੀਂ। ਜਿਸ ਤਰ੍ਹਾਂ ਦੁੱਧ ਦੇ ਹਵਾਲੇ ਨਾਲ ਸਾਡੇ ਕੋਲ ਇਲੈਕਟ੍ਰੋਸਕੈਨ ਮਸ਼ੀਨਸ ਨੇ, ਇਲੈਕਟ੍ਰੋਮੀਟਰਸ ਨੇ ਜਿਹੜੇ ਕਿ ਸਾਡੀ ਗੱਡੀਆਂ ਦੇ ਵਿੱਚ ਮੌਜੂਦ ਹੁੰਦੇ ਨੇ ਔਰ ਉਹ ਉਸੇ ਮੌਕੇ ਦੇ ਉੱਤੇ ਡਿਟਰਮਿਨ ਕਰ ਲੈਂਦੇ ਨੇ ਕਿ ਇਹਦੇ ਵਿੱਚ ਅਡਲਟਰੇਸ਼ਨ ਹੈ ਵੇ ਜਾਂ ਨਹੀਂ। ਔਰ ਉਸ ਤੋਂ ਇਲਾਵਾ ਸਾਡੀਆਂ 3 ਲੈਬੋਰਟਰੀਜ਼ ਨੇ ਜਿਨ੍ਹਾਂ ਦੇ ਵਿੱਚ ਇਹਨੂੰ ਅਸੀਂ ਕਹਿੰਦੇ ਹਾਂ BSL-1 ਲੈਵਲ ਲੈਬ, ਜਿਹਦੇ ਵਿੱਚ ਅਸੀਂ ਆਟੇ ਤੋਂ ਲੈ ਕੇ ਘੀ ਤੋਂ ਲੈ ਕੇ ਦੁੱਧ ਤੋਂ ਲੈ ਕੇ ਸਪਾਈਸਿਸ ਦੇ ਦਾਲਾਂ ਦੇ ਅਸੀਂ ਟੈਸਟ ਕਰ ਰਹੇ ਹੁੰਦੇ ਹਾਂ ਔਰ ਉਹਦੇ ਵਿੱਚ ਸਾਡੇ ਕੋਲ ਰਿਸੋਰਸ ਵੀ ਮਾਸ਼ਾਅੱਲਾ ਇੰਨਾ ਅੱਛਾ ਹੈ ਕਿ ਅੱਛੇ ਪੜ੍ਹੇ ਲਿਖੇ ਲੋਕ ਨੇ ਔਰ ਸਾਡੀਆਂ ਜਿਹੜੀਆਂ ਲੈਬਸ ਨੇ ਉਹ ISO 17025 ਸਰਟੀਫਾਈਡ ਔਰ ਫੈਸਲਾਬਾਦ ਦੇ ਵਿੱਚ ਅਸੀਂ ਇੱਕ ਲੈਬ ਐਡ ਕਰ ਰਹੇ ਹਾਂ। ਮਜ਼ੀਦ ਅਸੀਂ ਜਿਹੜਾ ਨਵਾਂ ADP ਆ ਰਿਹਾ ਇਹਦੇ ਵਿੱਚ ਵੀ ਅਸਾਂ 15 ਮੋਬਾਈਲ ਫੂਡ ਲੈਬੋਰਟਰੀਜ਼ ਦੀ ਰਿਕੁਐਸਟ ਭੇਜੀ ਹੋਈ ਕਿਉਂਕਿ ਅਸੀਂ ਇਹ ਚਾਹੁੰਦੇ ਹਾਂ ਕਿ ਮੌਕੇ ਦੇ ਉੱਤੇ ਹੀ ਜਿਹੜੀ ਅਡਲਟਰੇਸ਼ਨ ਜਾਂ ਮਿਲਾਵਟ ਹੈ ਉਹਦਾ ਮੌਕੇ ਦੇ ਉੱਤੇ ਹੀ ਪਤਾ ਚੱਲ ਜਾਏ ਔਰ ਮੌਕੇ ਦੇ ਉੱਤੇ ਜਿਹੜਾ ਐਕਸ਼ਨ ਲੈਣਾ ਉਹ ਲਿਆ ਜਾ ਸਕੇ। ਅਤੇ ਟੈਕਨੋਲੋਜੀ ਦਾ ਬਿਲਕੁਲ ਇਸਤੇਮਾਲ ਹੈ ਵੇ ਔਰ ਮੈਂ ਮੈਂਸ਼ਨ ਕਰਨਾ ਚਾਹਾਂਗਾ ਕਿ ਜਿਹੜਾ ਰਮਜ਼ਾਨ ਨਿਗਮਾਨ ਪੈਕੇਜ ਸੀ ਉਹਦੇ ਵਿੱਚ ਵੀ ਪੰਜਾਬ ਫੂਡ ਅਥਾਰਟੀ ਨੇ ਕੁਆਲਿਟੀ ਅਸ਼ੋਰੈਂਸ ਜਿਹੜੀ ਇਹਨਾਂ ਕੀਤੀ ਸੀ ਔਰ
99.7% ਲੋਕ ਜਿਹੜੇ ਸਨ ਉਹਨਾਂ ਨੇ ਉਹਨੂੰ ਐਕਸੀਡੈਂਟ ਜਾਂ ਵੈਰੀ ਗੁੱਡ ਕਰਾਰ ਦਿੱਤਾ। ਸਿਰਫ 0.3% ਲੋਕ ਜਿਹੜੇ ਨੇ ਉਹਨਾਂ ਨੇ ਉਹਨਾਂ ਨੂੰ ਪੂਅਰ ਕੁਆਲਿਟੀ ਕਰਾਰ ਦਿੱਤਾ। ਅਤੇ ਇਸ ਦਾ ਮਤਲਬ ਕਿ ਪੰਜਾਬ ਫੂਡ ਅਥਾਰਿਟੀ ਜਿਹੜਾ ਆਪਣੀ ਜਿਹੜੀ ਇੰਸਪੈਕਸ਼ਨ ਔਰ ਟੈਸਟਿੰਗ ਦਾ ਜਿਹੜਾ ਮੈਕਾਨਿਜ਼ਮ ਹੈ ਉਹ ਹਾਈਲੀ ਐਡਵਾਂਸ ਹੈ ਔਰ ISO ਸਰਟੀਫਾਈਡ ਹੈ। ਔਰ ਅਸੀਂ ਉਹਦੇ 'ਚ ਮਜ਼ੀਦ ਇਜ਼ਾਫਾ ਵੀ ਇਸ ਵਜ੍ਹਾ ਤੋਂ ਕਰ ਰਹੇ ਹਾਂ ਤਾਂ ਕਿ ਜਿਹੜੇ ਫੂਡ ਦੇ ਹਵਾਲੇ ਨਾਲ ਇਸ਼ੂਜ਼ ਆ ਰਹੇ ਨੇ, ਫੂਡ ਦੇ ਹਵਾਲੇ ਨਾਲ ਕ੍ਰਾਈਮਸ, ਜਾਂ ਕਿਉਂਕਿ ਮਿਲਾਵਟ ਵੀ ਇੱਕ ਕ੍ਰਾਈਮ ਹੈ ਨਾ, ਉਹ ਸਾਹਮਣੇ ਆ ਰਹੀ ਹੈ, ਉਹਨੂੰ ਮੌਕੇ ਦੇ ਉੱਤੇ ਹੀ ਐਡਰੈਸ ਕੀਤਾ ਜਾਏ। ਔਰ ਅਗਰ ਲੰਬੀ ਜਾਂਚ ਦੀ ਜ਼ਰੂਰਤ ਹੈ ਤਾਂ ਉਹਦੇ ਵਾਸਤੇ ਸਾਡੀਆਂ ਲੈਬਸ ਵੀ ਮੌਜੂਦ ਨੇ ਤਾਂ ਕਿ ਕਿਸੇ ਕਿਸਮ ਦੀ ਵੀ ਜਿਹੜੀ ਖਾਣੇ ਦੇ ਵਿੱਚ ਮਿਲਾਵਟ ਹੈ ਉਹਨੂੰ ਨਾ ਹੋਣ ਦਿੱਤਾ ਜਾਏ। ਨਹੀਂ, ਬਹੁਤ ਜ਼ਰੂਰੀ ਹੈ ਕਿ ਤੁਸੀਂ ਇਹ ਜਿਹੜੀਆਂ ਟੈਕਨੋਲੋਜੀਜ਼ ਔਰ ਸਾਇੰਸ ਜਿੱਦੀ ਤਰੱਕੀ ਕਰਦੀ ਜਾ ਰਹੀ ਹੈ ਅਤੇ ਹਰ ਨਵੀਂ ਟੈਕਨੋਲੋਜੀ ਜਿਹੜੀ ਹੈ ਉਸਨੂੰ ਇਸਤੇਮਾਲ ਕਰਦੇ ਹੋਏ ਔਰ ਇਨਸ਼ੋਰ ਕੀਤਾ ਜਾ ਸਕੇ ਕਿ ਮਿਲਾਵਟ ਤੋਂ ਬਾਅਦ ਜਿਹੜਾ ਹੈ ਰਜ਼ਾ ਉਹ ਮਿਲ ਸਕੇ ਸਾਡੇ ਲੋਕਾਂ ਨੂੰ। ਬੜਾ ਚੰਗਾ ਤੁਸੀਂ ਕੰਮ ਕਰ ਰਹੇ ਹੋ। ਪਰ ਇੱਕ ਹੋਰ ਚੀਜ਼ ਤੁਸੀਂ ਵੇਖੋ ਕਿ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ 39% ਖਵਾਤੀਨ ਔਰ ਮੇ ਬੀ 29% ਖਵਾਤੀਨ ਤੁਸੀਂ ਦੱਸਿਆ ਜਿਹੜੀਆਂ ਅੰਡਰਵੇਟ ਨੇ ਔਰ ਸਾਡੇ ਕੋਲ ਬਹੁਤ ਜ਼ਿਆਦਾ ਲੋਕ ਐਸੇ ਨੇ ਜਿਸ ਤਰ੍ਹਾਂ ਸਾਨੂੰ ਦੇਖ ਕੇ ਅੰਦਾਜ਼ ਆਉਂਦੇ ਅੰਡਰ ਨਰਿਸ਼ਡ ਨੇ। ਇੱਕ ਪਾਸੇ ਬਹੁਤ ਅਫਰਾਕ ਹੈ, ਬੇਤਹਾਸ਼ਾ ਖਾਣੇ, ਇੱਕ ਇੱਕ ਦਾਵਤ ਵਿੱਚ ਤੁਹਾਨੂੰ ਕਈ ਕਈ ਡਿਸ਼ਾਂ ਨਜ਼ਰ ਆ ਰਹੀਆਂ ਹੁੰਦੀਆਂ ਨੇ, ਇੱਕ ਪਾਸੇ ਇਤਨੀ ਭੁੱਖ ਹੋ ਰਹੀ ਸਾਰਾ ਕੁਛ, ਅਤੇ ਇਸ ਦਾ ਕੋਈ ਇਸ 'ਤੇ ਕੋਈ ਤਾਲੁਕ ਬਣਦਾ ਹੈ, ਕੋਈ ਤੁਹਾਡੇ ਪਰਵਿਊ 'ਚ ਆਉਂਦਾ ਹੈ ਕੋਈ ਜਿਹੜੀ ਕੀ ਕਹਿਣਾ ਚਾਹੀਦਾ ਮਾਈਂਡਫੁਲ ਯੂਟੀਲਾਈਜੇਸ਼ਨ ਆਫ ਥੈਂਗ? ਔਰ ਮੈਡਮ ਇਹਦੇ ਉੱਤੇ ਬਿਲਕੁਲ ਤੁਸੀਂ ਬੜਾ ਅੱਛਾ ਕੁਐਸਚਨ ਕੀਤਾ ਹੈ। 2019 ਦੇ ਵਿੱਚ ਸਾਡੇ ਇੱਕ ਬੜੇ ਹੀ ਮਸ਼ਹੂਰ ਜੱਜ ਨੇ, ਜਸਟਿਸ ਜਵਾਦ ਹਸਨ ਸਾਹਿਬ, ਉਹਨਾਂ ਨੇ ਇੱਕ ਜੱਜਮੈਂਟ ਪਾਸ ਕੀਤੀ ਜਿਹਦੇ ਵਿੱਚ ਇਹ ਸੀ ਕਿ ਜਿਹੜਾ ਫੂਡ ਅਸੀਂ ਜ਼ਾਇਆ ਕਰਨੇ ਆ ਉਹਨੂੰ ਫੂਡ ਸੇਫਟੀ, ਫੂਡ ਸਿਕਿਉਰਿਟੀ ਦੀ ਤਰਫ ਚੈਨਲਾਈਜ਼ ਕੀਤਾ ਜਾਏ। ਇਸੇ ਜੱਜਮੈਂਟ ਦੇ ਦੀ ਕੰਪਲਾਇੰਸ ਵਿੱਚ ਪੰਜਾਬ ਫੂਡ ਅਥਾਰਿਟੀ ਨੇ ਡਿਸਪੋਜ਼ਲ ਆਫ ਐਕਸੈਸ ਫੂਡ ਰੈਗੂਲੇਸ਼ਨਸ ਬਣਾਏ। ਇਸ ਵਕਤ ਅਸੀਂ ਇਸ ਦੇ ਉੱਤੇ ਕੰਮ ਕਰ ਰਹੇ ਹਾਂ ਕਿ ਅਸਾਂ ਕਿਸ ਤਰ੍ਹਾਂ ਤੋਂ ਜਿਹੜਾ ਫੂਡ ਵੇਸਟੇਜ ਹੈ ਆਲ ਓਵਰ ਦਾ ਵਰਲਡ, ਤਕਰੀਬਨ $940 billion ਦਾ ਫੂਡ ਜਿਹੜਾ ਵੇ ਸਾਲਾਨਾ ਵੇਸਟ ਹੁੰਦਾ ਹੈ। ਅਤੇ ਇਹ ਜਿਹੜੀ ਜੱਜਮੈਂਟ ਹੈ ਅਦਰਵਾਈਜ਼ ਇਹ ਫਸਟ ਆਫ ਇਟਸ ਕਾਇੰਡ ਸੀ ਔਰ ਪੂਰੇ ਯੂਰਪ ਦੇ ਵਿੱਚ ਰਿਪੋਰਟ ਹੋਈ। ਅਮੈਰੀਕਾ ਦੇ ਵਿੱਚ ਹਾਰਵਰਡ ਸਕੂਲ ਆਫ ਲਾਅ ਦੇ ਵਿੱਚ ਇਹ ਪੜ੍ਹਾਈ ਗਈ ਔਰ ਕੁਛ ਟਾਈਮ ਪਹਿਲੇ ਇੱਕ ਕਾਨਫਰੰਸ ਹੋਈ ਜਿਹਦੇ ਵਿੱਚ ਅਸੀਂ ਵੀ, ਜਸਟਿਸ ਸਾਹਿਬ ਵੀ ਮੌਜੂਦ ਸਨ, ਜਿਹੜੇ ਪਟੀਸ਼ਨਰ ਬੈਰਿਸਟਰ ਸਨ ਉਹ ਵੀ ਮੌਜੂਦ ਸਨ, ਮੈਂ ਖੁਦ ਵੀ ਮੌਜੂਦ ਸਾਂ। ਅਸਾਂ ਫਿਰ ਉਹਨੂੰ ਦੱਸਿਆ ਕਿ ਅਸੀਂ ਇਹਦੇ ਉੱਤੇ ਕੀ ਚੀਜ਼ਾਂ ਕਰ ਰਹੇ ਹਾਂ। ਇਸ ਵਕਤ ਵੀ ਅਸੀਂ ਜਿਹੜਾ ਨਾ ਜਿਹੜੇ ਕੰਸਰਨ ਕੁਆਟਰਸ ਨੇ ਜਿਹਨਾਂ ਦੇ ਵਿੱਚ ਰੈਸਟੋਰੈਂਟਸ ਐਸੋਸੀਏਸ਼ਨਸ ਨੇ, ਮੈਰਿਜ ਹਾਲ ਦੀ ਐਸੋਸੀਏਸ਼ਨਸ ਨੇ, ਪਲੱਸ ਜਿਹੜੇ ਆਮ ਲੋਕ ਨੇ ਉਹਨਾਂ ਨੂੰ ਵੀ ਅਸੀਂ ਜਿਹੜਾ ਨਾ ਇਸ ਤਰੀਕੇ ਨਾਲ ਐਜੂਕੇਟ ਕਰ ਰਹੇ ਹਾਂ ਔਰ ਐਨਫੋਰਸ ਐਜੂਕੇਸ਼ਨ ਔਰ ਅਵੇਅਰਨੈਸ ਦੇ ਨਾਲ ਨਾਲ ਅਸੀਂ ਐਨਫੋਰਸਮੈਂਟ ਦੇ ਦਾ ਮੈਕਨਿਜ਼ਮ ਵੀ ਐਸਾ ਮੁਤਾਰਫ ਕਰਾ ਰਹੇ ਹਾਂ ਕਿ ਇਹ ਜਿਹੜਾ ਫੂਡ ਜ਼ਾਇਆ ਹੁੰਦਾ ਹੈ ਜਾਂ ਖਾਣਾ ਜ਼ਾਇਆ ਹੋ ਜਾਂਦਾ ਹੈ, ਬਚ ਜਾਂਦਾ ਹੈ, ਇਹਨੂੰ ਗਰੀਬਾਂ ਦੇ ਵਿੱਚ ਤਕਸੀਮ ਕੀਤਾ ਜਾਏ। ਅੱਲਾਹ ਤਾਲਾ ਦਾ ਵੀ ਇਹ ਫਰਮਾਨ ਹੈ ਕੁਲੂ ਵਸ਼ਰਬੂ ਵਲਾ ਤੁਸਰਿਫੂ ਕਿ ਤੁਸੀਂ ਖਾਓ ਔਰ ਪੀਓ ਲੇਕਿਨ ਜ਼ਾਇਆ ਨਾ ਕਰੋ। ਅੱਲਾਹ ਦੀਆਂ ਨਿਯਮਤਾਂ ਨੂੰ ਜ਼ਾਇਆ ਨਹੀਂ ਕਰਨਾ ਚਾਹੀਦਾ। ਔਰ ਮੈਂ ਤਮਾਮ ਆਪਣੇ ਸਾਮੀਨ ਨੂੰ ਇਹ ਰਿਕੁਐਸਟ ਕਰਾਂਗਾ ਕਿ ਤੁਸੀਂ ਥੋੜ੍ਹਾ ਖਾ ਲਓ, ਜਿੰਨਾ ਖਾਣਾ ਉਨਾ ਪਲੇਟ 'ਚ ਪਾਓ, ਲੇਕਿਨ ਉਹਨੂੰ ਜ਼ਾਇਆ ਨਾ ਕਰੋ। ਅਗਰ
ਖਾਣਾ ਬਚ ਜਾਂਦਾ ਤੇ ਉਹਨੂੰ ਪਰਿੰਦਿਆਂ ਨੂੰ ਪਾ ਦੇਵੋ ਜਾਂ ਕਿਸੇ ਜਾਨਵਰ ਨੂੰ ਜਿਹੜਾ ਨਾ ਉਹ ਦੇਵੋ ਪਾ ਦੇਵੋ ਤਾਂ ਕਿ ਉਹ ਖਾਣਾ ਜਿਹੜਾ ਵੇ ਉਹ ਡਸਟਬਿਨ ਦੇ ਵਿੱਚ ਨਾ ਜਾਏ, ਇੱਕ ਚੀਜ਼। ਔਰ ਦੂਸਰਾ ਇਹ ਵੇ ਕਿ ਆਪਣੇ ਅੱਲਾਹ ਤਾਲਾ ਦਾ ਵੀ ਇਹ ਫਰਮਾਨ ਹੈ ਕਿ ਤੁਹਾਡੇ ਮਾਲ ਦੇ ਵਿੱਚ, ਤੁਹਾਡੇ ਖਾਣੇ ਦੇ ਵਿੱਚ ਜਿਹੜਾ ਵੇ ਉਹ ਗਰੀਬਾਂ ਦਾ ਵੀ ਹਿੱਸਾ ਸ਼ਾਮਿਲ ਹੈ। ਕੁਰਬਾਨੀ ਦੀ ਅੱਗੋਂ ਈਦ ਆ ਰਹੀ ਹੈ, ਉਹਦਾ ਮਕਸਦ ਵੀ ਇਹ ਹੀ ਹੈ ਨਾ ਕਿ ਅਸੀਂ ਇੱਕ ਹਿੱਸਾ ਆਪਣੇ ਗੋਸ਼ਤ ਦਾ ਜਿਹੜਾ ਨਾ ਉਹ ਗਰੀਬਾਂ ਦੇ ਵਿੱਚ ਤਕਸੀਮ ਕਰਨਾ ਹੈ, ਇੱਕ ਆਪਣੇ ਵਾਸਤੇ ਰੱਖਣੇ ਆ, ਇੱਕ ਆਪਣੇ ਅਜ਼ੀਜ਼ੋ ਅਕਾਰਬ ਵਾਸਤੇ ਰੱਖਣੇ ਆ, ਅਤੇ ਇੱਕ ਜਿਹੜਾ ਵੇ ਗਰੀਬਾਂ ਦੇ ਵਿੱਚ ਤਕਸੀਮ ਕਰਨਾ। ਅਤੇ ਇਹ ਬੇਸਿਕਲੀ ਇਸਲਾਮ ਦਾ ਕੋਨਸੈਪਟ ਵੀ ਇਹ ਹੀ ਹੈ, ਅਤੇ ਅਸੀਂ ਇਹਦੇ ਉੱਤੇ ਕੰਮ ਕਰ ਰਹੇ ਹਾਂ। ਔਰ ਇਨਸ਼ਾਅੱਲਾ ਇਸ ਗੱਲ ਨੂੰ ਅਸੀਂ ਯਕੀਨੀ ਬਣਾਵਾਂਗੇ। ਇੱਕ ਤਾਂ SDG ਜਿਹੜਾ 12 ਹੈ, ਉਹ ਵੀ ਬੇਸਿਕਲੀ ਰਿਸਪੋਂਸੀਬਲ ਕੰਜ਼ਮਪਸ਼ਨ ਐਂਡ ਪ੍ਰੋਡਕਸ਼ਨ ਨਾਲ ਡੀਲ ਕਰਦਾ ਹੈ। ਉਹਦੇ ਵਿੱਚ 12.3 ਜਿਹੜਾ ਵੇ ਉਹ ਇਹ ਵੇ ਕਿ 2030 ਤੱਕ ਦੁਨੀਆ ਨੇ ਆਪਣੇ ਜਿਹੜਾ ਫੂਡ ਵੇਸਟੇਜ ਹੈ ਉਹਨੂੰ 50% ਰਿਡਿਊਸ ਕਰਨਾ ਹੈ। ਉਹਦੇ ਵਿੱਚ ਇੱਕ 12.8 ਹੈ ਕਿ ਤੁਸੀਂ ਆਪਣੇ ਲਾਈਫ ਸਟਾਈਲ ਨੂੰ ਜ਼ਿਆਦਾ ਹੈਲਦੀ ਔਰ ਸਸਟੇਨੇਬਲ ਬਣਾਉਣਾ ਹੈ, ਜਿਹੜੀ ਅਸੀਂ ਪਹਿਲੇ ਵੀ ਗੱਲ ਕਰ ਰਹੇ ਸਾਂ ਕਿ ਅਸੀਂ ਅਗਰ ਉਹਦੇ ਵਿੱਚ ਘੱਟ ਟੂ ਘੱਟ ਪ੍ਰੋਸੈਸਡ ਚੀਜ਼ਾਂ ਜਾਂ ਜੰਕ ਆਈਟਮਸ ਘੱਟ ਟੂ ਘੱਟ ਖਾਵਾਂਗੇ, ਲੈਸ ਪ੍ਰੋਸੈਸਡ ਚੀਜ਼ਾਂ ਅਗਰ ਸਾਡੀ ਗਿਜ਼ਾ ਦੇ ਵਿੱਚ ਸ਼ਾਮਿਲ ਹੋਣਗੀਆਂ, ਪਲੱਸ ਅਸੀਂ ਜਿਹੜਾ ਵੇ ਵਕਤ ਦੇ ਨਾਲ ਖਾਣਾ ਖਾਵਾਂਗੇ, ਲੇਟ ਖਾਣਾ ਨਹੀਂ ਖਾਣ ਲੱਗੇ, ਅਤੇ ਉਹਦੇ ਨਾਲ ਸਾਡੀ ਲਾਈਫ ਐਕਸਪੈਕਟੈਂਸੀ ਵੀ ਅੱਛੀ ਬਿਹਤਰ ਹੋਏਗੀ, ਸਾਡੀ ਲੰਬੀ ਜ਼ਿੰਦਗੀ ਅੱਲਾਹ ਦੇ ਫਜ਼ਲ ਨਾਲ ਚੱਲੇਗੀ, ਸਾਡੀ ਜ਼ਿੰਦਗੀ ਜਿਹੜੀ ਹੈ ਉਹ ਜ਼ਿਆਦਾ ਸਿਹਤਮੰਦ ਵੀ ਹੋਏਗੀ, ਅਤੇ ਬਿਮਾਰੀਆਂ ਉਹਦੇ ਨਾਲ ਕੰਮ ਹੋਣਗੀਆਂ। ਅਤੇ ਫੂਡ ਵੇਸਟੇਜ ਨੂੰ ਮੈਂ ਇਸ ਤਰ੍ਹਾਂ ਵੇਖਣਾ ਕਿ ਅਸੀਂ ਖਾਣਾ ਜਿਹੜਾ ਜ਼ਾਇਆ ਕਰਨਾ ਉਹਨੂੰ ਬਚਾਈਏ, ਔਰ ਓਨਾ ਹੀ ਖਾਈਏ ਜਿੰਨਾ ਸਾਨੂੰ ਖਾਣ ਦੀ ਜ਼ਰੂਰਤ ਹੈ। ਅਗਰ ਜ਼ਿਆਦਾ ਖਾਵਾਂਗੇ ਤਾਂ ਉਹਦੇ ਨਾਲ ਵੀ ਮੁਖਤਲਿਫ ਕਿਸਮ ਦੀਆਂ ਬਿਮਾਰੀਆਂ, ਸ਼ੂਗਰ ਇਸੇ ਵਜ੍ਹਾ ਤੋਂ ਆਉਂਦੀ ਹੈ, BP ਦੇ ਇਸ਼ੂਜ਼ ਇਸੇ ਵਜ੍ਹਾ ਤੋਂ ਆਉਂਦੇ ਨੇ, ਠੀਕ ਹੈ, ਇਸੇ ਤਰ੍ਹਾਂ ਤੋਂ ਜਿਹੜੇ ਹਾਰਟ ਦੇ ਇਸ਼ੂਜ਼ ਨੇ ਉਹ ਵੀ ਜ਼ਿਆਦਾ ਖਾਣੇ ਔਰ ਲੇਟ ਖਾਣੇ ਦੀ ਵਜ੍ਹਾ ਤੋਂ ਆਉਂਦੇ ਨੇ। ਅਤੇ ਸਾਨੂੰ ਇਹ ਬੜੀਆਂ ਛੋਟੀਆਂ ਛੋਟੀਆਂ ਜਿਹੀਆਂ ਚੀਜ਼ਾਂ ਨੇ, ਅਗਰ ਅਸੀਂ ਆਪਣੇ ਲਾਈਫ ਸਟਾਈਲ ਦੇ ਵਿੱਚ ਇਹਨਾਂ ਚੀਜ਼ਾਂ ਨੂੰ ਲੈ ਕੇ ਆ ਜਾਂਦੇ ਹਾਂ, ਇੱਕ ਤਾਂ ਸਾਡੀ ਸਿਹਤ ਚੰਗੀ ਹੋ ਜਾਏਗੀ, ਔਰ ਦੂਸਰਾ ਇਹ ਵੇ ਕਿ ਸਾਡੀ ਅੱਲਾਹ ਦੇ ਫਜ਼ਲ ਨਾਲ ਜ਼ਿੰਦਗੀ ਦਾ ਦੌਰਾਨੀਆ ਵੀ ਉਹਦੇ 'ਚ ਬਰਕਤ ਪਏਗੀ। ਬਹੁਤ ਬਹੁਤ ਤੁਸੀਂ ਚੰਗੀ ਗੱਲ ਕੀਤੀ ਆਸਿਮ, ਔਰ ਮੈਂ ਤਾਂ ਇਸ ਨੂੰ ਬਾਰ ਬਾਰ ਆਪਣੇ ਹੀ ਕਲਚਰ ਦੇ ਨਾਲ ਰਿਲੇਟ ਕਰਦੀ ਜਾ ਰਹੀ ਹਾਂ ਕਿ ਤੁਸੀਂ ਦੇਖੋ ਸਾਡੇ ਜਦੋਂ ਤੀਕਰ ਪਿੰਡਾਂ ਦਾ ਇੱਕ ਮਾਹੌਲ ਸੀਗਾ, ਹੁਣ ਪਿੰਡ ਵੀ ਸ਼ਹਿਰ ਹੀ ਬਣ ਗਏ ਨੇ, ਇਤਨੀ ਮਾਸ਼ਾਅੱਲਾ ਡਿਵੈਲਪਮੈਂਟ ਉੱਥੇ ਵੀ ਆ ਗਈ ਹੈ। ਮੇਰਾ ਤਾਂ ਆਪਣਾ ਪਿੰਡ ਜਿਹੜਾ ਹੈ ਉਹ ਪਿੰਡ ਨਹੀਂ ਰਿਹਾ, ਹੁਣ ਇੱਥੇ ਵੱਡੇ ਵੱਡੇ ਉੱਥੇ ਪੱਕੇ ਦਾਰ ਤੇ ਗਈਆਂ ਸਾਰਾ ਕੁਛ, ਤੇ ਉੱਥੇ ਪਹਿਲੇ ਇਹ ਹੁੰਦਾ ਸੀ ਕਿ ਤੁਸੀਂ ਸਾਰਿਆਂ ਦਾ ਸੱਦਾ ਹੁੰਦਾ ਸੀ, ਔਰ ਜੋ ਪੱਕਦਾ ਸੀ ਸਾਦਾ ਇੱਕ ਖਾਣਾ ਦੋ ਖਾਣੇ ਉਹ ਸਾਰੇ ਰਲ ਮਿਲ ਕੇ ਖਾਂਦੇ ਸੀ, ਔਰ ਜ਼ਾਇਆ ਨਹੀਂ ਕੀਤਾ ਜਾਂਦਾ ਸੀ। ਤੇ ਇਹ ਜਦੋਂ ਤੋਂ ਫਿਰ ਇਹ ਜ਼ਰਾ ਥੋੜ੍ਹਾ ਅਰਬਨ ਕਲਚਰ ਸਾਡਾ ਜ਼ਿਆਦਾ ਵੱਧ ਗਿਆ ਔਰ ਕਮਰਸ਼ਲਾਈਜੇਸ਼ਨ ਬਹੁਤ ਜ਼ਿਆਦਾ ਹੋ ਗਈ, ਉਸ ਵੇਲੇ ਥੋੜ੍ਹਾ ਵੇਸਟ ਜਿਹੜਾ ਹੈ ਉਹ ਵਧਣਾ ਸ਼ੁਰੂ ਹੋ ਗਿਆ। ਇੱਕ ਤਾਂ ਪ੍ਰੋਡਕਸ਼ਨ ਜ਼ਿਆਦਾ ਅਨਨੈਸੈਸਰੀਲੀ ਜ਼ਿਆਦਾ, ਜ਼ਰੂਰਤ ਤੋਂ ਜ਼ਿਆਦਾ, ਔਰ ਉਸਦੇ ਬਾਅਦ ਉਸਦਾ ਵੇਸਟ ਹੈ। ਅਤੇ ਮੇਰਾ ਖਿਆਲ ਹੈ ਤੁਸੀਂ ਬੜਾ ਇੱਕ ਚੰਗਾ ਕੰਮ ਕਰ ਰਹੇ ਹੋ ਉਸਦੇ ਉੱਤੇ ਅਵੇਅਰਨੈਸ ਦੇਣਾ ਕਿ ਜਿੰਨਾ ਰਿਕੁਆਇਰਡ ਹੈ ਬਸ ਉਤਨਾ ਹੀ ਖਾਈਏ। ਸਾਡਾ ਤਾਂ ਕੀ ਕਹਿਣਾ ਚਾਹੀਦਾ, ਸਾਡੇ ਕਲਚਰ ਦਾ ਇੱਕ ਹਿੱਸਾ ਹੈ ਕਿ ਕਿਸੇ ਵਿਆਹ ਸ਼ਿਆ ਤੇ ਜਾਓ ਤੇ ਸਭ ਤੋਂ ਪਸੰਦੀਦਾ ਸਾਡੀ ਆਵਾਜ਼ ਜਿਹੜੀ ਕੰਨ ਵਿੱਚ ਪੈਂਦੀ ਉਹ ਇਹ ਹੁੰਦੀ ਕਿ ਰੋਟੀ ਖੁੱਲ ਗਈ ਜੇ, ਤੇ ਉਸ ਵੇਲੇ ਪਤਾ ਨਹੀਂ ਚੱਲਦਾ ਰੋਟੀ ਖੁੱਲੀ ਹੈ ਕਿ ਅਸੀਂ ਖੁੱਲ ਗਏ। ਤੇ ਉਹ ਉੱਥੇ ਜਿਹੜਾ ਹੈ ਜਰਾ ਹਿੰਮਤ ਤੇ ਸਬਰ ਦਾ ਮੁਜ਼ਾਹਰਾ ਕਰਨ ਦੀ ਜ਼ਰੂਰਤ ਹੁੰਦੀ ਸਾਨੂੰ। ਦੇਖੋ ਮੈਡਮ, ਮੈਂ ਰਿਕੁਐਸਟ ਕਰਦਾ ਕਿ ਸਾਨੂੰ ਥੋੜ੍ਹੀ ਆਪਣੀ ਆਦਤ ਨੂੰ ਤਬਦੀਲ ਕਰਨ ਦੀ ਜ਼ਰੂਰਤ ਹੈ ਕਿ ਰੋਟੀ ਖੁੱਲ ਗਈ ਹੈ ਠੀਕ ਹੈ,
ਤੁਸੀਂ ਉੱਥੇ ਤੁਹਾਨੂੰ ਸੱਦਾ ਆਇਆ, ਤੁਸੀਂ ਜਾਂਦੇ ਹੋ, ਤੁਸੀਂ ਖੁਸ਼ੀ ਦੇ ਨਾਲ ਸ਼ਿਰਕਤ ਕਰਦੇ ਹੋ, ਲੇਕਿਨ ਅਗਰ ਤੁਸੀਂ ਰੋਟੀ ਘੱਟ ਖਾਓਗੇ ਜਾਂ ਆਪਣੀ ਭੁੱਖ ਭੁੱਖ ਦੇ ਮੁਤਾਬਿਕ ਖਾਓਗੇ ਜਾਂ ਭੁੱਖ ਰੱਖ ਕੇ ਖਾਓਗੇ ਤੇ ਤੁਹਾਡੀ ਸਿਹਤ ਵਾਸਤੇ ਅੱਛਾ ਹੋਏਗਾ, ਜ਼ਾਇਆ ਨਾ ਕਰੋ। ਅਗਰ ਤੁਸੀਂ ਬਾਅਦ ਅਸੀਂ ਦੇਖਦੇ ਹਾਂ ਕਿ ਪੂਰੀ ਪਲੇਟ ਭਰ ਦਿੱਤੀ, ਬਾਅਦ ਦੇ ਵਿੱਚ ਉਹਨੂੰ ਜ਼ਾਇਆ ਕਰਦੇ, ਖਵਾਤੀਨ ਜ਼ਿਆਦਾ ਜ਼ਾਇਆ ਕਰਦੇ। ਮੈਂ ਬੜੀ ਮਾਜ਼ਰ ਦੇ ਨਾਲ ਇਹ ਗੱਲ ਕਰਨਾ ਚਾਹਾਂਗਾ ਕਿ ਖਵਾਤੀਨ ਜ਼ਿਆਦਾ ਜ਼ਾਇਆ ਕਰਦੇ, ਸਾਡੀਆਂ ਅੱਖਾਂ ਸਾਡੇ ਮੇਦਿਆਂ ਤੋਂ ਵੱਡੀਆਂ ਨੇ ਨਾ, ਕੀ ਕਰੀਏ। ਤੇ ਬਿਲਕੁਲ ਆਪਣੀ ਸਿਹਤ, ਸਿਹਤ ਹੈ ਵੀ ਜਾਨ ਹੈ ਤੇ ਜਾਨ ਹੈ, ਔਰ ਜਿਹੜਾ ਨਾ ਸਿਹਤ ਵਾਸਤੇ ਜ਼ਰੂਰੀ ਹੈ ਕਿ ਤੁਸੀਂ ਕੁਛ ਨਾ ਕੁਛ ਭੁੱਖ ਰੱਖ ਕੇ ਖਾਓ। ਅਗਰ ਜ਼ਿਆਦਾ ਖਾਓਗੇ ਤੇ ਉਹਦੇ ਨਾਲ ਇਸ਼ੂਜ਼, ਉਹਦੇ ਨਾਲ ਬਿਮਾਰੀਆਂ ਦੇ ਆਉਣ ਦੇ ਜ਼ਿਆਦਾ ਚਾਂਸ ਹੋਣਗੇ। ਨਹੀਂ, ਬਿਲਕੁਲ ਸਹੀ ਕਹਿ ਰਹੇ ਹੋ, ਔਰ ਸ਼ਾਇਦ ਇਹ ਵੀ ਆਪਣੇ ਆਪ ਨੂੰ ਯਾਦ ਕਰਾਉਣ ਦੀ ਜ਼ਰੂਰਤ ਹੁੰਦੀ ਹੈ ਕਿ ਇਹ ਸਾਡਾ ਆਖਰੀ ਖਾਣਾ ਨਹੀਂ ਹੈ, ਇਹ ਵੀ ਕੁਝ ਲੱਭ ਜਾਏਗਾ। ਬਿਲਕੁਲ ਬਿਲਕੁਲ, ਆਖਰੀ ਖਾਣਾ ਸਮਝ ਕੇ ਨਹੀਂ ਖਾਣਾ ਚਾਹੀਦਾ। ਇੱਕ ਦੋ ਮੈਸੇਜ ਵੀ ਪੜ੍ਹ ਲੈਂਦੇ ਹਾਂ ਜੀ। ਨਜਫ ਖਰਲ ਸਾਹਿਬ ਨੇ, ਜਿਨ੍ਹਾਂ ਨੇ ਜਿਹੜੇ ਕਹਿ ਰਹੇ ਨੇ ਕਿ ਜੀ ਬੜਾ ਅੱਛਾ ਪ੍ਰੋਗਰਾਮ ਹੈ, ਤੇ ਇਹ ਕਿੱਥੋਂ ਗੱਲ ਕਰ ਰਹੇ ਨੇ ਜੀ? ਮੁਜ਼ੱਫਰਗੜ੍ਹ ਤੋਂ, ਜਵਾਨਾ ਬੰਗਲਾ ਮੁਜ਼ੱਫਰਗੜ੍ਹ ਤੋਂ ਮੈਸੇਜ ਭੇਜਿਆ ਇਹਨਾਂ ਨੇ ਸਾਨੂੰ। ਔਰ ਹੋਰ ਕੌਣ ਨੇ ਜੀ? ਰਾਏ ਗੁਲਾਮ ਨਬੀ ਚੋਲਿਸਤਾਨ ਤੋਂ ਹੈ ਨੇ। ਹਿੰਦੂਓਂ ਕੀ ਰਸਮੋਂ ਨੇ ਸ਼ਾਦੀ ਨਹੀਂ ਕਰੀ? ਹਾਂ, ਉਹਨਾਂ ਦਾ ਉਹਨੇ ਕਹਿਣਾ ਹੈ ਕਿ ਅਸੀਂ ਜਿਹੜਾ ਹੈ ਆਪਣੀ ਰਸਮਾਂ ਜਿਹੜੀਆਂ ਨੇ ਔਰ ਰਸਮਾਂ ਰਿਵਾਜ਼ਾਂ ਨੇ ਸਾਡੀਆਂ ਗਮੀ ਖੁਸ਼ੀ ਦੋਵੇਂ ਮਹਿੰਗੀਆਂ ਕਰਦੀਆਂ ਨੇ। ਅੱਛਾ ਜੀ, ਹੋਰ ਕੀ ਕਹਿ ਰਹੇ ਨੇ ਜੀ? ਅਬਦੁਲ ਰਜ਼ਾਕ ਸਾਹਿਬ ਨੇ, ਅਬਦੁਲ ਰਜ਼ਾਕ ਸਾਹਿਬ ਡੇਰਾ ਗਾਜ਼ੀ ਖਾਨ ਤੋਂ ਹੀ, ਬਸਤੀ ਸੁਬਹਾਨੀ ਡੇਰਾ ਗਾਜ਼ੀ ਖਾਨ ਤੋਂ ਇਹਨਾਂ ਦਾ ਮੈਸੇਜ ਹੈ। ਉਹ ਕਹਿ ਰਹੇ ਨੇ ਬੜਾ ਚੰਗਾ ਪ੍ਰੋਗਰਾਮ ਹੈ ਤੁਹਾਡਾ। ਲਿਆਕਤ ਅਲੀ ਚੌਹਾਨ ਵੀ ਸਲਾਮ ਕਹਿ ਰਹੇ ਨੇ, ਮੈਲਸੀ ਤੋਂ ਮੈਸੇਜ ਕਰ ਰਹੇ ਨੇ ਸਾਨੂੰ। ਤੇ ਜੀ ਸ਼ਾਲਮਾਨੀ ਸਟੋਪ ਸਿੰਧ ਸਿੱਬੀ ਤੋਂ ਵੀ ਜਿਹੜੇ ਨੇ, ਉਸਮਾਨ ਰਜਬ ਅਲੀ ਖੋਸੋ ਸਾਹਿਬ ਜਿਹੜੇ ਨੇ ਉਹ ਗੱਲ ਕਰ ਰਹੇ ਨੇ। ਰਾਜਾ ਜ਼ੁਲਕਰ ਨੈਨ ਕਿਆਨੀ ਨੇ, ਉਹਨਾਂ ਦਾ ਵੀ ਸਲਾਮ ਆਇਆ ਸਾਨੂੰ। ਤੇ ਆਇਸ਼ਾ ਜ਼ਫਰ ਜਿਹੜੀਆਂ ਨੇ ਉਹ ਕਹਿ ਰਹੀਆਂ ਨੇ ਕਿ ਬੜਾ ਚੰਗਾ ਤੁਸੀਂ ਪ੍ਰੋਗਰਾਮ, ਬੜਾ ਮਾਲੂਮਾਤੀ ਪ੍ਰੋਗਰਾਮ ਹੈ ਸਾਡਾ। ਔਰ ਇਹ ਪੁੱਛ ਰਹੀਆਂ ਨੇ ਤੁਹਾਡੇ ਤੋਂ ਕਿ ਅਸੀਂ ਕਿਸ ਤਰ੍ਹਾਂ ਜਾਣ ਸਕਦੇ ਹਾਂ ਕਿ ਜੋ ਸਪਲਾਈ ਦਾ ਪਾਣੀ ਮਾਰਕੀਟ ਤੋਂ ਮਿਲਣ ਵਾਲੇ ਖਾਣ ਪੀਣ ਦੀ ਅਸ਼ਿਆ, ਸਬਜ਼ੀ ਫਰੂਟ ਸਾਫ਼ ਹੈ ਜਾਂ ਮਿਲਾਵਟ ਸ਼ੁਦਾ? ਅਸੀਂ ਆਪ ਕੋਈ ਸਾਡੇ ਕੋਲ ਪ੍ਰੈਕਟਿਸ ਜਾਂ ਕੋਈ ਤਰੀਕਾ ਹੈ ਕਿ ਅਸੀਂ ਜੱਜ ਕਰ ਸਕੀਏ? ਦੇਖੋ, ਇਹਦੇ ਵਿੱਚ ਮੈਂ ਇੱਕ ਚੀਜ਼ ਐਡਵਾਈਸ ਕਰਾਂਗਾ ਕਿ ਤੁਸੀਂ ਜਿਹੜੀ ਸਬਜ਼ੀ ਜਾਂ ਫਲ ਲੈ ਕੇ ਆਉਂਦੇ ਹੋ ਉਹਨੂੰ ਪ੍ਰੋਪਰਲੀ ਅੱਛੇ ਤਰੀਕੇ ਨਾਲ ਸਾਫ਼ ਕਰਕੇ ਉਹਨੂੰ ਧੋ ਕੇ ਅਤੇ ਫਿਰ ਉਹਨੂੰ ਇਸਤੇਮਾਲ ਕਰੋ। ਔਰ ਸਬਜ਼ੀ ਅਦਰਵਾਈਜ਼ ਵੀ ਉਹਦੀ ਜਿਹੜੀ ਫਰੈਸ਼ਨੈਸ ਹੁੰਦੀ ਹੈ, ਉਹਦੀ ਤਾਜ਼ਗੀ ਤੁਹਾਨੂੰ ਦੱਸ ਰਹੀ ਹੁੰਦੀ ਹੈ ਕਿ ਇਹ ਬਾਸੀ ਤਾਂ ਨਹੀਂ ਹੈ, ਇਹ ਤਰ੍ਹਾਂ ਤਾਜ਼ਾ ਹੈ ਵੇ, ਇਸ ਚੀਜ਼ ਦਾ ਖਿਆਲ ਰੱਖਣਾ ਚਾਹੀਦਾ। ਔਰ ਦੂਸਰਾ ਕਿ ਪਾਣੀ ਦੇ ਹਵਾਲੇ ਨਾਲ ਬਿਹਤਰ ਹੈ ਕਿ ਉਬਾਲ ਕੇ ਪੀਓ, ਬੇਸ਼ੱਕ ਤੁਸੀਂ ਮਿਨਰਲ ਵਾਟਰ ਲੈ ਕੇ ਆਉਂਦੇ ਹੋ ਉਹਨੂੰ ਹੀ ਉਬਾਲ ਕੇ ਪੀਣਾ ਚਾਹੀਦਾ। ਔਰ ਇੱਕ ਦੋਸਤ ਨੇ ਚੋਲਿਸਤਾਨੀ, ਜਿਨ੍ਹਾਂ ਨੇ ਆਪਣੇ ਨਾਂ ਦੇ ਨਾਲ ਲਿਖਿਆ ਹੋਇਆ ਸੀ, ਉਹਨਾਂ ਨੇ ਬੜਾ ਅੱਛਾ ਮੈਸੇਜ ਦਿੱਤਾ, ਔਰ ਮੈਂ ਵੀ ਇਹੀ ਮੈਸੇਜ ਦੇਣਾ ਚਾਹਾਂਗਾ ਕਿ ਸ਼ਾਦੀ ਗਮੀ ਦੇ ਉੱਤੇ ਜਿਹੜਾ ਖਾਣਾ ਜ਼ਾਇਆ ਹੁੰਦਾ ਹੈ ਔਰ ਅਸਾਂ ਮਹਿੰਗੀਆਂ ਮਹਿੰਗੀਆਂ ਰਸਮੋਂ ਰਿਵਾਜ ਕੀਤੀਆਂ ਨੇ, ਉਹਨਾਂ ਤੋਂ ਸਾਨੂੰ ਜਿਹੜਾ ਨਾ ਬਚਣਾ ਚਾਹੀਦਾ, ਸਾਦਗੀ ਅਪਣਾਉਣੀ ਚਾਹੀਦੀ। ਜਿੰਨੀ ਸਾਦਾ ਜ਼ਿੰਦਗੀ ਹੋਵੇਗੀ ਉਨੀ ਚੰਗੀ ਜ਼ਿੰਦਗੀ ਹੋਵੇਗੀ, ਉਨਾ ਹੀ ਜੇਬ ਦੇ ਉੱਤੇ, ਉਨਾ ਹੀ ਜਿਹੜਾ ਨਾ ਮੇਦੇ ਦੇ ਉੱਤੇ ਵੀ ਘੱਟ ਬੋਝ ਆਏਗਾ ਔਰ ਜੇਬ ਦੇ ਉੱਤੇ ਵੀ ਘੱਟ ਬੋਝ ਆਏਗਾ। ਔਰ ਬੜਾ ਅੱਛਾ ਉਹਨਾਂ ਦਾ ਮੈਸੇਜ ਹੈ ਔਰ ਮੈਂ ਉਹਨਾਂ ਦਾ ਸ਼ੁਕਰੀਆ ਅਦਾ ਕਰਨਾ ਵਾ। ਨਹੀਂ, ਮੇਰੇ ਹਿਸਾਬ ਨਾਲ ਪੰਜਾਬ ਵਿੱਚ ਤੇ ਬੜੀ ਚੰਗੀ ਗੱਲ ਹੈ ਨਾ, ਪੰਜਾਬ ਗਵਰਨਮੈਂਟ ਦੀ ਜੇ ਵੀ ਸਟਿਲ ਵਿਦ ਵਨ ਡਿਸ਼ ਪਾਰਟੀ ਨਾ, ਇਟਸ ਲਾਈਕ ਵਨ ਡਿਸ਼ ਤੁਸੀਂ ਸ਼ਾਦੀਆਂ ਤੇ ਵਨ ਡਿਸ਼ ਸਰਵ ਕਰਦੇ ਹੋ।
ਜੀ ਬਿਲਕੁਲ ਮੈਡਮ, ਇਸੇ ਤਰ੍ਹਾਂ ਹੀ ਹੈ ਕਿ ਸ਼ਾਦੀਆਂ ਦੇ ਉੱਤੇ ਵਰਨਿਸ਼ ਹੀ ਚੱਲ ਰਹੀ ਹੁੰਦੀ ਹੈ, ਔਰ ਮੈਂ ਮਜ਼ੀਦ ਇਹਦੇ ਵਿੱਚ ਬਲਕਿ ਡਿਸਟ੍ਰਿਕਟ ਜਿਹੜੀ ਐਡਮਿਨਿਸਟ੍ਰੇਸ਼ਨ ਹੈ ਉਹਨਾਂ ਨੂੰ ਇਨਫੋਰਸ ਵੀ ਕਰਾ ਰਹੀ ਹੁੰਦੀ ਹੈ ਕਿ ਵਰਨਿਸ਼ ਦੀ ਵਾਇਲੇਸ਼ਨ ਤਾਂ ਨਹੀਂ ਹੋ ਰਹੀ। ਔਰ ਇਸ ਤੋਂ ਵੀ ਅਗਰ ਮਜ਼ੀਦ ਅਗਰ ਜਿਹੜਾ ਤੁਹਾਨੂੰ ਯਾਦ ਹੋਏਗਾ ਕਿ 97 ਦੇ ਵਿੱਚ ਜਿਸ ਵਕਤ ਵਰਨਿਸ਼ ਆਈ ਸੀ ਤੇ ਬਿਲਕੁਲ ਬਰਗਰ ਜਾਂ ਕੋਈ ਇੱਕ ਬਿਲਕੁਲ ਇੱਕ ਆਈਟਮ ਦਿੱਤਾ ਜਾਂਦਾ ਸੀ, ਠੀਕ ਹੈ। ਅਗਰ ਉਸ ਚੀਜ਼ ਦੇ ਉੱਤੇ ਅਸੀਂ ਦੁਬਾਰਾ ਤੋਂ ਆ ਜਾਈਏ ਤੇ ਜ਼ਿਆਦਾ ਅੱਛਾ ਹੋਏਗਾ, ਕਿਉਂਕਿ ਬਹੁਤ ਸਾਰੇ ਐਸੇ ਸਪੈਟਬੋਸ਼ ਹੁੰਦੇ ਨੇ, ਬਹੁਤ ਸਾਰੇ ਐਸੇ ਜਿਹੜਾ ਵੇ ਗਰੀਬ ਲੋਕ ਹੁੰਦੇ ਨੇ ਕਿ ਜਿਹੜੇ ਆਪਣੀਆਂ ਬੇਟੀਆਂ ਨੂੰ ਨੁਕਸਤ ਇਸ ਵਜ੍ਹਾ ਤੋਂ ਨਹੀਂ ਕਰ ਪਾਉਂਦੇ ਕਿ ਖਾਣਾ ਕਿੰਨਾ ਮਹਿੰਗਾ ਦੇਣਾ ਪਏਗਾ, ਠੀਕ ਹੈ, ਅਫੋਰਡ ਨਹੀਂ ਕਰ ਪਾ ਰਹੇ ਹੁੰਦੇ, ਤੇ ਉਹਨਾਂ ਨੂੰ ਉਸ ਸੈਕਸ਼ਨ ਆਫ ਸੋਸਾਇਟੀ ਦੀ ਤਰਫ ਸਾਨੂੰ ਧਿਆਨ ਕਰਨਾ ਚਾਹੀਦਾ। ਅਗਰ ਉਸ ਦੀ ਤਰਫ ਅਸੀਂ ਚਲੇ ਜਾਂਦੇ ਹਾਂ, ਔਰ ਮੈਂ ਕਹਿਣਾ ਕਲਚਰ ਬੇਸਿਕਲੀ ਟਰੈਵਲ ਕਰਦਾ ਉੱਥੋਂ ਥੱਲੇ, ਅਗਰ ਜਿਹੜੇ ਮਤਮੋਬਲ ਲੋਕ ਨੇ ਜਾਂ ਮਤਲਬ ਵੈਲ ਆਫ ਲੋਕ ਨੇ ਉਹ ਆਪਣੀਆਂ ਸ਼ਾਦੀਆਂ ਦੇ ਉੱਤੇ ਗਮੀਆਂ ਦੇ ਉੱਤੇ ਸਾਦਾ ਚੀਜ਼ਾਂ ਦਾ ਕਲਚਰ ਅਪਣਾਉਣਗੇ ਤੇ ਉਹਨੂੰ ਫਿਰ ਬਾਕੀ ਲੋਕ ਵੀ ਫਾਲੋ ਕਰਨਗੇ। ਬੜੀ ਇਸ ਗੱਲ ਦੀ ਜ਼ਰੂਰਤ ਹੈ ਕਿ ਅਸੀਂ ਆਪਣੇ ਤਮਾਮ ਸੋਸਾਇਟੀ ਦੇ ਤਮਾਮ ਸੈਗਮੈਂਟ ਨੂੰ ਨਾਲ ਲੈ ਕੇ ਚੱਲੀਏ ਔਰ ਆਸਾਨੀਆਂ ਵੰਡੀਏ ਨਾ, ਚੀਜ਼ਾਂ ਮੁਸ਼ਕਿਲ ਨਾ ਬਣਾਈਏ। ਔਰ ਅੱਛਾ, ਹੁਣ ਮੈਂ ਇੱਕ ਤੁਹਾਡੇ ਨਾਲ ਇੱਕ ਹੋਰ ਗੱਲ ਜਿਹੜੀ ਮੈਂ ਤੁਹਾਨੂੰ ਪੁੱਛਣਾ ਚਾਹ ਰਹੀ ਸੀ, ਤੁਸੀਂ ਸੀਐਨ ਵਿੱਚ ਵੀ ਸਰਵ ਕਰਕੇ ਆਏ ਹੋ ਤੇ ਕਿਉਂਕਿ ਸਾਡਾ ਇਦਾਰਾ ਹੈ ਪੰਜਾਬ ਇਦਾਰਾ ਬਰਾਏ ਜ਼ਬਾਨ ਫਨ ਤੇ ਸਕਾਫਤ, ਤੇ ਸਾਡਾ ਇੱਕ ਜ਼ਿੰਮੇਦਾਰੀ ਜਿਹੜੀ ਸਾਡੀ ਰੀਜਨਲ ਲੈਂਗੁਏਜਿਸ ਨੇ ਪੰਜਾਬ ਦੀਆਂ ਜਿਹੜੀਆਂ ਬੋਲੀਆਂ ਨੇ ਉਹਨਾਂ ਨੂੰ ਉਹਨਾਂ ਦੀ ਦੇਖ ਰੇਖ ਤੇ ਉਹਨਾਂ ਨੂੰ ਕਿਸ ਤਰ੍ਹਾਂ ਅਸੀਂ ਰੀਵਾਈਟਲਾਈਜ਼ ਕਰ ਸਕਦੇ ਹਾਂ, ਕਿਸ ਤਰ੍ਹਾਂ ਅਸੀਂ ਉਸਨੂੰ ਦੁਬਾਰਾ ਤੋਂ ਜਿਹੜਾ ਹੈ ਇੱਕ ਇਨਵਿਗਰੇਟ ਕਰ ਸਕਦੇ ਹਾਂ ਉਸਦਾ ਇਸਤੇਮਾਲ, ਤੇ ਮੈਨੂੰ ਦੱਸੋ ਉੱਥੇ ਦਾ ਤੁਹਾਡਾ ਕੈਸਾ ਐਕਸਪੀਰੀਅੰਸ ਰਿਹਾ? ਸਿੰਧ ਦਾ ਬੜਾ ਅੱਛਾ ਐਕਸਪੀਰੀਅੰਸ ਰਿਹਾ, ਔਰ ਸਿੰਧ ਵਿੱਚ ਜਿਹੜਾ ਵੀ ਸਿੰਧੀ ਨੂੰ ਬੋਲੇ, ਸਿੰਧੀ ਸਾਰੇ ਲੋਕ ਸਿੰਧੀ ਬੋਲਦੇ ਨੇ, ਉੱਥੇ ਰੈਵਨਿਊ ਰਿਕਾਰਡ ਵੀ ਸਿੰਧੀ ਵਿੱਚ, FIR ਸਿੰਧੀ ਦੇ ਵਿੱਚ ਲਿਖੀ ਜਾਂਦੀ ਹੈ, ਔਰ ਸਾਰੇ ਲੋਕ ਖੁਸ਼ੀ ਦੇ ਨਾਲ ਸਿੰਧੀ ਬੋਲਦੇ ਹੁੰਦੇ ਨੇ, ਮੀਟਿੰਗਸ ਵੀ ਸਿੰਧੀ ਦੇ ਵਿੱਚ ਹੋ ਰਹੀਆਂ ਹੁੰਦੀਆਂ ਨੇ, ਔਰ ਜਿਸ ਹਵਾਲੇ ਨਾਲ ਉਹਦੀ ਤਰਵੀਜ਼ ਦੀ ਗੱਲ ਹੈ, ਸਿੰਧੀ ਦੇ ਵਿੱਚ ਸ਼ਾਇਰੀ ਹੋ ਰਹੀ ਹੁੰਦੀ ਹੈ, ਸਿੰਧੀ ਦੇ ਵਿੱਚ ਜਿਹੜਾ ਅਦਬ ਹੈ ਵੇ ਸਿੰਧੀ ਅਦਬ, ਉਹਦੇ ਵਿੱਚ ਬੜੇ ਬੜੇ ਵੱਡੇ ਨਾਮ ਔਰ ਉਹਨੂੰ ਤਰਵੀਜ਼ ਕਰਨ ਦੇ ਹਵਾਲੇ ਨਾਲ ਵੀ ਇਦਾਰੇ ਜਿਹੜੇ ਨੇ ਆਪਣੇ ਕੰਮ ਕਰ ਰਹੇ ਨੇ। ਮੈਂ ਸਮਝਦਾ ਕਿ ਸ਼ਾਇਦ ਪੰਜਾਬ ਦੇ ਵਿੱਚ ਅਸੀਂ ਥੋੜ੍ਹੇ ਸਾਰੇ ਦੂਰ ਹਾਂ ਇਸ ਹਵਾਲੇ ਨਾਲ, ਸਾਨੂੰ ਤੁਹਾਡਾ ਇਦਾਰਾ ਮਾਸ਼ਾਅੱਲਾ ਬੜਾ ਚੰਗਾ ਕੰਮ ਕਰ ਰਿਹਾ, ਇਹਦੇ ਉੱਤੇ ਮਜ਼ੀਦ ਇਸ ਕੰਮ ਨੂੰ ਜ਼ਿਆਦਾ ਕਰਨ ਦੀ ਜ਼ਰੂਰਤ ਹੈ, ਔਰ ਸਾਨੂੰ ਵੀ ਮਤਲਬ ਪੰਜਾਬ ਦੇ ਵਿੱਚ ਆਪਣੀ ਜ਼ੁਬਾਨ ਨੂੰ ਫਰੋਗ ਦੇਣ ਦੇ ਹਵਾਲੇ ਨਾਲ ਜਿਹੜਾ ਕੰਮ ਕਰਨ ਦੀ ਜ਼ਰੂਰਤ ਹੈ, ਸਾਨੂੰ ਆਪਣੀ ਸਕਾਫਤ ਦੀ ਤਰਵੀਜ ਦੇ ਹਵਾਲੇ ਨਾਲ ਕੰਮ ਕਰਨ ਦੀ ਜ਼ਰੂਰਤ ਹੈ, ਸਾਨੂੰ ਆਪਣੀ ਜਿਹੜੀਆਂ ਉਹ ਪੁਰਾਣੀਆਂ ਅਕਦਾਰ ਨੇ ਉਹਨਾਂ ਨੂੰ ਦੁਬਾਰਾ ਤੋਂ ਪ੍ਰਮੋਟ ਕਰਨ ਦੇ ਹਵਾਲੇ ਨਾਲ ਔਰ ਜ਼ਿੰਦਾ ਕਰਨ ਦੇ ਹਵਾਲੇ ਨਾਲ ਕੰਮ ਕਰਨ ਦੀ ਜ਼ਰੂਰਤ ਹੈ, ਔਰ ਜਿਹੜਾ ਮੇਲੇ ਠੇਲਿਆਂ ਦਾ ਬਚਪਨ ਦੇ ਵਿੱਚ ਅਸੀਂ ਕਲਚਰ ਵੇਖਦੇ ਸਾਂ ਔਰ ਉਹਨਾਂ ਚੀਜ਼ਾਂ ਨੂੰ ਉਹਨਾਂ ਦੇ ਵਿੱਚ ਫੁਕਦਾਨ ਸਾਨੂੰ ਨਜ਼ਰ ਆ ਰਿਹਾ, ਇਹਨਾਂ ਸਾਰੀਆਂ ਚੀਜ਼ਾਂ ਨੂੰ ਇਸੇ ਤਰ੍ਹਾਂ ਸਾਡੇ ਜਿਹੜੇ ਪੁਰਾਣੇ ਖਾਣੇ ਨੇ ਪੰਜਾਬੀ ਦੇ ਹਵਾਲੇ ਨਾਲ, ਥੋੜ੍ਹੀ ਦੇਰ ਪਹਿਲੇ ਤੁਹਾਡੇ ਨਾਲ ਗੱਲ ਹੋ ਰਹੀ ਸੀ, ਅਸੀਂ ਉਹਨਾਂ ਨੂੰ ਭੁੱਲਦੇ ਜਾ ਰਹੇ ਹਾਂ, ਅਸੀਂ ਜਿਹੜੀਆਂ ਰੈਸਿਪੀਜ਼ ਜਿਹੜੀਆਂ ਨੇ ਉਹ ਮੁਖਤਲਿਫ ਟੀਵੀ ਚੈਨਲਸ ਦੇ ਉੱਤੇ ਚੱਲ ਰਹੀਆਂ ਹੁੰਦੀਆਂ ਨੇ ਉਹਨਾਂ ਨੂੰ ਫਾਲੋ ਕਰ ਰਹੇ ਹੁੰਦੇ ਹਾਂ, ਬਿਲਕੁਲ ਹਰ ਤਰ੍ਹਾਂ ਤੋਂ ਮਸਾਲੇ, ਪਹਿਲਾਂ ਤੇ ਘਰ ਦੇ ਮਸਾਲੇ ਹੁੰਦੇ ਸਨ, ਠੀਕ ਹੈ, ਪਹਿਲਾਂ ਤੇ ਘਰ ਦੀ ਉਹ ਚਟਨੀ ਬਣਾਉਂਦੇ ਸਨ ਔਰ ਉਹਨੂੰ ਨਾਲ ਖਾਣੇ ਦੇ ਇਸਤੇਮਾਲ ਕਰ ਲੈਂਦੇ ਸਨ, ਉਦਨ ਹਾਜ਼ਮਾ ਵੀ ਚੰਗਾ ਹੁੰਦਾ ਸੀ ਉਹਦੇ ਨਾਲ ਜਿਹੜਾ ਨਾ, ਹੁਣ ਅਸੀਂ ਉਹ ਤਰ੍ਹਾਂ ਤਰ੍ਹਾਂ ਦੇ ਮਸਾਲਾ ਜਾਤ ਇਸਤੇਮਾਲ ਕਰ ਰਹੇ ਹੁੰਦੇ ਹਾਂ ਔਰ ਜਿਹਦੀ ਵਜ੍ਹਾ ਨਾਲ ਸਾਨੂੰ ਉਹ ਟੇਸਟ ਤੇ ਆ ਜਾਂਦਾ, ਲੇਕਿਨ ਸਾਡੇ ਮੇਦੇ ਨੂੰ ਨੁਕਸਾਨ ਪਹੁੰਚਦਾ, ਤੇ
ਗੱਲ ਉਹ ਹੋ ਰਹੀ ਸੀ ਕਿ ਸਿੰਧ ਔਰ ਪੰਜਾਬ, ਸਿੰਧ ਵਾਲੇ ਜਿਹੜੇ ਲੋਕ ਨੇ ਉਹ ਆਪਣੇ ਕਲਚਰ ਨੂੰ ਜ਼ਿਆਦਾ ਬਿਹਤਰ ਤਰੀਕੇ ਨਾਲ ਪ੍ਰਮੋਟ ਵੀ ਕਰਦੇ ਨੇ ਔਰ ਉਹਨੂੰ ਸੇਫਗਾਰਡ ਵੀ ਕਰਦੇ ਨੇ। ਅਸੀਂ ਸ਼ਾਇਦ ਇਸ ਤਰ੍ਹਾਂ ਤੋਂ ਨਹੀਂ ਕਰ ਰਹੇ। ਮੈਂ ਸਮਝਦਾ ਵਾਂ ਕਿ ਸਾਨੂੰ ਵੀ ਆਪਣੀ ਜ਼ੁਬਾਨ ਦੀ ਤਰਵੀਜ ਵਾਸਤੇ ਔਰ ਉਹਨੂੰ ਮੁਖਤਲਿਫ ਕਿਸਮ ਦੇ ਜਿਹੜੇ ਹਮਲੇ ਉਹਦੇ 'ਤੇ ਹੁੰਦੇ ਨੇ, ਮੈਂ ਸਮਝਦਾ ਕਿ ਉਹਦੇ 'ਤੇ ਉਰਦੂ ਦਾ ਵੀ ਹਮਲਾ ਮੌਜੂਦ ਹੈ, ਉੱਥੇ ਅੰਗਰੇਜ਼ੀ ਦਾ ਵੀ ਹਮਲਾ ਜਿਹੜਾ ਨਾ ਹੁੰਦਾ ਹੈ। ਸਾਨੂੰ ਵੀ ਬਾਜ਼ੂਕਤ ਜਿਹੜਾ ਨਾ ਮੁਖਤਲਿਫ ਅਲਫਾਜ਼ ਦੇ ਚੁਣਾਵ ਦੇ ਵਿੱਚ ਮੁਸ਼ਕਿਲ ਆ ਰਹੀ ਹੁੰਦੀ ਹੈ ਅਤੇ ਸਾਨੂੰ ਉਹਨਾਂ ਇਸ ਦੇ ਉੱਤੇ ਕੰਮ ਕਰਨ ਦੀ ਜ਼ਰੂਰਤ ਹੈ। ਜ਼ੁਬਾਨ ਹੈ ਵੇ ਅਤੇ ਸਾਡਾ ਕਲਚਰ ਜ਼ਿੰਦਾ ਹੈ। ਬੜੀ ਤੁਸੀਂ ਸੋਹਣੀ ਗੱਲ ਕੀਤੀ ਤੇ ਐਸੇ ਇੱਕ ਕਾਵਿਸ਼ ਦੀ ਇੱਕ ਕੜੀ ਜਿਹੜੀ ਹੈ ਨਾ, ਤੁਹਾਨੂੰ ਇੱਥੇ ਬੁਲਾ ਕੇ ਤੁਹਾਡੇ ਤੋਂ ਪੰਜਾਬੀ ਬੁਲਵਾਉਣੀ ਵੀ ਹੈ, ਕਿਉਂਕਿ ਸਾਡਾ ਜਿਹੜਾ ਖਾਸ ਤੌਰ 'ਤੇ ਸਾਡੀ ਯੂਥ ਥੋੜ੍ਹੀ ਜਿਹੀ ਪਰੇ ਹੁੰਦੀ ਜਾ ਰਹੀ ਹੈ ਜ਼ਬਾਨ ਤੋਂ। ਔਰ ਹੁਣ ਤੁਸੀਂ ਜੇ ਦੇਖੋ ਤੇ ਹੁਣ ਤੇ ਉਰਦੂ ਵੀ ਨਹੀਂ ਰਹਿ ਗਈ ਨਾ, ਹੁਣ ਤੇ ਉਹ ਅੱਗੇ ਮੈਨੂੰ ਤੇ ਲੱਗਿਆ ਹੁਣ ਇਸ਼ਾਰਿਆਂ 'ਚ ਹੀ ਗੱਲ ਕਰਨਗੇ, ਜੇ ਸਕਰੀਨ ਤੋਂ ਨਜ਼ਰਾਂ ਹਟਣਗੀਆਂ ਤੁਹਾਨੂੰ ਸੁਣਨਗੇ ਤੇ ਫਿਰ ਕੋਈ ਇਸ਼ਾਰਿਆਂ 'ਚ ਹੀ ਗੱਲ ਹੋਣੀ ਹੈ, ਉਹਨਾਂ ਤੋਂ ਤਾਂ ਪਤਾ ਨਹੀਂ ਕਿਹੜੀ ਬੋਲੀ ਉਹਨਾਂ ਨੇ ਬੋਲਣੀ ਹੈ। ਪਰ ਇਹ ਕਿ ਇਹ ਗੱਲ ਕਰਨ ਦੀ ਔਰ ਇਸ ਤਰ੍ਹਾਂ ਜ਼ਬਾਨ ਨੂੰ ਥੋੜ੍ਹਾ ਜਿਹਾ ਮੋਰ ਰੈਲੇਵੈਂਟ ਬਣਾਉਣ ਲਈ ਇੱਕ ਐਫਰਟ ਹੈ ਜਿਹੜਾ ਅਸੀਂ ਇਹ ਪ੍ਰੋਗਰਾਮ ਕਰ ਰਹੇ ਹਾਂ ਕਿ ਸਾਡੇ ਦੋਸਤ ਜਿਹੜੇ ਅੱਛੇ ਇਸ ਤਰ੍ਹਾਂ ਦੇ ਕਿਸੇ ਇੰਪੋਰਟੈਂਟ ਅਸਾਈਨਮੈਂਟ ਦੇ ਉੱਤੇ ਫਾਇਜ਼ ਨੇ ਔਰ ਉੱਥੇ ਜਿਹੜਾ ਕੰਮ ਕਰ ਰਹੇ ਨੇ ਉਹ ਆਉਣ ਅਤੇ ਪੰਜਾਬੀ ਜਾਂ ਜਿਹੜੀ ਵੀ ਰੀਜਨਲ ਲੈਂਗੁਏਜ ਹੈ ਉਸਦੇ ਵਿੱਚ ਆ ਕੇ ਗੱਲ ਕਰਨ, ਔਰ ਉਸਨੂੰ ਅਸੀਂ ਫਿਰ ਆਪਣੇ ਸੁਣਨ ਵਾਲਿਆਂ ਨੂੰ, ਖਾਸ ਤੌਰ 'ਤੇ ਜੇ ਕੋਈ ਇਤਫਾਕ ਨਾਲ ਸਾਨੂੰ ਕੋਈ ਬੱਚੇ ਸੁਣ ਰਹੇ ਹੋਣ ਔਰ ਕੋਈ ਯੂਥ ਸਾਨੂੰ ਸੁਣ ਰਹੀ ਹੈ ਅਤੇ ਉਹਨਾਂ ਨੂੰ ਇੱਕ ਇਨਕਰੇਜਮੈਂਟ ਮਿਲੇ ਕਿ ਜਿਹੜੇ ਪੰਜਾਬੀ ਆ ਆਪਣੀ ਬੋਲੀ ਬੋਲਣ ਵਾਲੇ ਲੋਕ ਨੇ ਉਹ ਬੜੇ ਬੜੇ ਮਕਾਮਾਂ ਤੱਕ ਆਪਣੇ ਨੇ, ਬੜੇ ਪ੍ਰੋਗਰੈਸਿਵ ਲੋਕ ਨੇ। ਪੰਜਾਬ 'ਤੇ ਮਾਸ਼ਾਅੱਲਾ ਵੈਸੇ ਬੜਾ ਤਰੱਕੀ ਪਸੰਦ ਔਰ ਤਰੱਕੀ ਯਾਫਤਾ ਔਰ ਪ੍ਰੋਗਰੈਸਿਵ ਇਲਾਕਾ ਹੈ ਔਰ ਇੱਥੇ ਦੇ ਲੋਕ ਬੜੇ ਮਿਹਨਤੀ ਵੀ ਨੇ ਔਰ ਅੱਗੇ ਵਧਣ ਦੀ ਸਾਰੀ ਸਲਾਹੀਅਤ ਰੱਖਦੇ ਨੇ। ਪਰ ਜਿਹੜੀ ਗੱਲ ਤੁਸੀਂ ਕੀਤੀ ਨਾ ਕਿ ਜ਼ਬਾਨ ਦੇ ਲਈ ਕਿਸ ਤਰ੍ਹਾਂ ਕੰਮ ਕਰੀਏ, ਤੇ ਦੋ ਚਾਰ ਦਿਨ ਪਹਿਲੇ ਸਾਡੇ ਨਾਲ ਆਏ ਸੀਗੇ ਚੜ੍ਹਦੇ ਪੰਜਾਬ ਤੋਂ ਕੁਛ ਪੁਰਾਣੇ, ਔਰ ਜਿਹੜੇ ਉਹਨਾਂ ਦੇ ਕੋਈ ਫਿਲਮ ਔਰ ਥੀਏਟਰ ਤੋਂ ਮੁਨਸਲਿਕ ਲੋਕ ਸੀਗੇ, ਉਹ ਸੈਲੀਬ੍ਰਿਟੀਜ਼ ਆਏ ਸੀ, ਤੇ ਬੜਾ ਮੈਨੂੰ ਉਹਨਾਂ ਦੀ ਗੱਲ ਸੁਣ ਕੇ ਜਿਹੜਾ ਨਾ ਥੋੜ੍ਹੀ ਦਿਲ ਨੂੰ ਤਸੱਲੀ ਹੋਈ, ਉਹ ਵੀ ਇਸੇ ਤਰ੍ਹਾਂ ਸਟਰਗਲ ਕਰ ਰਹੇ ਨੇ ਕਿ ਉਹਨਾਂ ਦੇ ਵੀ ਜਿਹੜੀ ਯੂਥ ਹੈ ਉਹ ਜ਼ਿਆਦਾ ਇੱਧਰ ਉਹ ਜਿਹੜੀ ਇੱਕ ਨੈਸ਼ਨਲ ਲੈਂਗੁਏਜ ਜਾਂ ਜਿਹੜੀ ਜਿਹੜੀ ਸਾਡੇ ਲਈ ਲਿੰਗਵਾ ਫਰੈਂਕਾ ਹੈ ਔਰ ਆਪੇ ਦੀ ਜ਼ਬਾਨ ਹੈ ਉਸਨੂੰ ਇਸਤੇਮਾਲ ਕਰਦੇ ਨੇ, ਜਾਂ ਅੰਗਰੇਜ਼ੀ ਜਾਂ ਕੋਈ ਹੋਰ ਫਰੈਂਚ ਔਰ ਜਰਮਨ ਇਸ ਤਰ੍ਹਾਂ ਦੀਆਂ ਜ਼ਬਾਨਾਂ ਬੋਲਣ ਲੱਗ ਗਏ ਨੇ। ਪਰ ਉਹ ਜਿਸ ਤਰ੍ਹਾਂ ਕੋਸ਼ਿਸ਼ਾਂ ਉਹ ਵੀ ਕਰਦੇ ਨੇ, ਅਸੀਂ ਵੀ ਕਰਦੇ ਹਾਂ, ਕੋਸ਼ਿਸ਼ ਹੈ ਕਿ ਅਸੀਂ ਆਪਣੇ ਯੂਥ ਨੂੰ ਦੁਬਾਰਾ ਤੋਂ ਜੋੜੀਏ ਔਰ ਸਕਾਫਤ ਦਾ ਸਾਡੀ ਤੁਸੀਂ ਦੇਖੋ ਸਾਡੇ ਗਾਣੇ ਅਤੇ ਖਾਣੇ ਪੰਜਾਬੀ ਉਹ ਤਾਂ ਬੜੇ ਮਸ਼ਹੂਰ ਨੇ, ਉਹਨਾਂ ਨੂੰ ਕੁਛ ਨਹੀਂ ਸੱਤੇ ਕਹਿਣਾ ਨੇ ਉਹ ਨਹੀਂ ਕਿਤੇ ਚੱਲੇ, ਪਰ ਜਿਹੜੀ ਸਾਡੀ ਮਾਂ ਬੋਲੀ ਹੈ ਉਸਦੇ ਲਈ ਸਾਨੂੰ ਥੋੜ੍ਹੀ ਜਿਹੀ ਹੋਰ ਐਫਰਟ ਕਰਨ ਦੀ ਜ਼ਰੂਰਤ ਹੈ। ਅਤੇ ਸੱਜਣੋ ਅਤੇ ਮਿੱਤਰੋ, ਮੈਂ ਤੁਹਾਨੂੰ ਇਹ ਦੱਸਦੀ ਚੱਲਾਂ ਕਿ ਆਸਿਮ ਸਾਹਿਬ ਨੂੰ ਅਸੀਂ ਬੜੀ ਮੁਸ਼ਕਿਲ ਨਾਲ ਘੇਰ ਰਿਹਾ ਸੀ ਅੱਜ ਦੇ ਪ੍ਰੋਗਰਾਮ ਵਾਸਤੇ, ਇਹਨਾਂ ਨੂੰ ਕੋਈ ਬੜੀ ਜ਼ਰੂਰੀ ਇਹਨਾਂ ਦੀ ਅਸਾਈਨਮੈਂਟ ਹੈ ਔਰ ਮੀਟਿੰਗ ਹੈ ਜਿਹਦੇ ਲਈ ਇਹਨਾਂ ਨੇ ਜਾਣਾ, ਪਰ ਆਪਣੇ ਵਾਅਦੇ ਕੀਤੇ ਹੋਏ ਵਕਤ ਤੋਂ ਅਸੀਂ ਫਿਰ ਵੀ ਖਿੱਚ ਖਿਚਾ ਕੇ 10-15 ਮਿੰਟ ਉੱਤੇ ਲੈ ਲੈਣੇ ਇਹਨਾਂ ਦੇ। ਅਤੇ ਆਸਿਮ, ਤੁਸੀਂ ਜਾਣਦੇ ਹੋਏ ਕੋਈ ਸਾਡੇ ਲਈ ਪੈਗਾਮ ਸ਼ੇਗਾਮ? ਮੇਰੀ ਤਰਫੋਂ ਪੈਗਾਮ ਸਭ ਸਾਹਮਣੇ ਨੂੰ ਇਹ ਵੇ ਕਿ ਜਾਨ ਹੈ ਤਾਂ ਜਹਾਨ ਹੈ, ਅੱਛਾ ਖਾਓ, ਸਾਫ਼ ਸੁਥਰਾ ਖਾਓ, ਔਰ ਅਗਰ ਮਿਲਾਵਟ ਕਿਸ ਦੇ ਹਵਾਲੇ ਨਾਲ ਕਿਸੇ ਜਗ੍ਹਾ ਦੇ ਉੱਤੇ ਵੀ ਕੋਈ ਸ਼ਿਕਾਇਤ ਹੋਵੇ, 1223 ਪੰਜਾਬ ਫੂਡ ਅਥਾਰਿਟੀ ਦਾ 1223 ਸਾਡਾ ਟੋਲ ਫਰੀ ਨੰਬਰ ਹੈ, ਉਹਦੇ 'ਤੇ ਤੁਸੀਂ ਸਾਨੂੰ ਮਿਲਾਵਟ ਦੇ ਹਵਾਲੇ ਨਾਲ
ਦਾਅਵੀ ਕਰ ਸਕਦੇ ਹੋ ਔਰ ਆਪਣੀਆਂ ਸਿਫਾਰਸ਼ਾਂ ਜਿਹੜੀਆਂ ਨੇ ਸਾਫ਼ ਔਰ ਸ਼ਫਾਫ ਖੁਰਾਕ ਦੇ ਹਵਾਲਿਆਂ ਨੂੰ ਵੀ ਤੁਸੀਂ ਪੇਸ਼ ਕਰ ਸਕਦੇ ਹੋ ਔਰ ਅੱਛਾ ਖਾਣ ਦੇ ਨਾਲ ਨਾਲ ਜਿਹੜਾ ਵੀ ਘੱਟ ਖਾਓ, ਖਾਣੇ ਨੂੰ ਜ਼ਾਇਆ ਨਾ ਕਰੋ ਔਰ ਅਗਰ ਤੁਸੀਂ ਜਲਦੀ ਖਾ ਕੇ ਰਾਤ ਦਾ ਖਾਣਾ ਜਲਦੀ ਸੋ ਜਾਂਦੇ ਹੋ ਉਹ ਵੀ ਤੁਹਾਡੇ ਵਾਸਤੇ ਅੱਛਾ ਹੈ ਔਰ ਖਾਣ ਦੇ ਨਾਲ ਨਾਲ ਕੁਛ ਵਾਕ ਜਾਂ ਐਕਸਰਸਾਈਜ਼ ਵੀ ਕਰੋ ਤਾਂ ਕਿ ਤੁਹਾਡੀ ਸਿਹਤ ਵੀ ਚੰਗੀ ਹੋਵੇ ਔਰ ਅੱਲਾ ਦੇ ਫਜ਼ਲ ਨਾਲ ਤੁਹਾਡੀ ਲਾਈਫ ਜਾਂ ਉਮਰ ਜਿਹੜੀ ਹੈ ਉਹ ਵੀ ਅੱਲਾ ਤਾਲਾ ਤੁਹਾਨੂੰ ਲੰਬੀ ਅਤਾ ਫਰਮਾਏ। ਬਹੁਤ ਸ਼ੁਕਰੀਆ, ਤੁਹਾਡਾ ਵੀ ਬਹੁਤ ਸ਼ੁਕਰੀਆ। ਥੈਂਕ ਯੂ ਵੈਰੀ ਮਚ ਆਸਿਮ, ਤੁਸੀਂ ਇਤਨਾ ਵਕਤ ਕੱਢਿਆ ਔਰ ਬੜੀ ਇੰਪੋਰਟੈਂਟ ਜਿਹੜਾ ਇੱਕ ਸਾਡਾ ਮੌਜੂ ਹੈ ਉਸ ਦੇ ਉੱਤੇ ਤੁਸੀਂ ਗੱਲ ਕੀਤੀ ਔਰ ਜੇ ਮੈਨੂੰ ਤੁਸੀਂ ਇਜਾਜ਼ਤ ਦਿਓ ਮੈਂ ਸਮ ਅਪ ਕਰ ਸਕਾਂ। ਤੁਸੀਂ ਇਹ ਦੱਸਿਆ ਕਿ ਜਿਹੜੀ ਸਾਡੀ ਸਕਾਫਤ ਹੈ, ਜਿਹੜਾ ਸਾਡਾ ਆਪਣਾ ਪੁਰਾਣਾ ਤੌਰ ਤਰੀਕਾ ਹੈ, ਜੇ ਅਸੀਂ ਉਹਦੇ ਵੱਲ ਮੁੜੀਏ, ਯਾਨੀ ਜਿਹੜੀਆਂ ਸਾਡੀਆਂ ਮੁੱਢਾਂ ਨੇ ਉਹ ਇਸੇ ਧਰਤੀ ਦੇ ਵਿੱਚ ਨੇ ਨਾ, ਇਸੇ ਸਕਾਫਤ ਦੇ ਵਿੱਚ ਨੇ, ਜੇ ਅਸੀਂ ਉਹਨਾਂ ਦੇ ਕੋਲ ਹੋਈਏ ਤੇ ਅਸੀਂ ਸ਼ਾਇਦ ਇੱਕ ਜ਼ਿਆਦਾ ਬਿਹਤਰ ਜ਼ਿੰਦਗੀ ਗੁਜ਼ਾਰ ਸਕਦੇ ਹਾਂ, ਜਿਹੜੀ ਸਾਦਾ ਹੈ, ਸਿਹਤਮੰਦ ਹੈ ਔਰ ਜਿੱਥੇ ਵਿੱਚ ਭਾਈਚਾਰਾ ਵੀ ਹੈ, ਤੁਸੀਂ ਆਪਣੇ ਨਾਲ ਨਾਲ ਦੂਸਰਿਆਂ ਦਾ ਵੀ ਖਿਆਲ ਰੱਖ ਰਹੇ ਹੋ ਔਰ ਆਪਣੀ ਸਕਾਫਤ ਦੀ ਇੱਕ ਅੱਛੀ ਪਹਿਚਾਣ ਜਿਹੜੀ ਉਹ ਤੁਹਾਡੀ ਬੋਲੀ ਹੈ ਔਰ ਜਿਸਦੇ ਲਈ ਜਿਹੜਾ ਹੈ ਸਾਨੂੰ ਸਾਰਿਆਂ ਨੂੰ ਮਿਲ ਕੇ ਕੰਮ ਕਰਨ ਦੀ ਜ਼ਰੂਰਤ ਹੈ। ਇਹ ਜ਼ਬਾਨਾਂ ਬੜੀਆਂ ਹੀ ਕੀਮਤੀ ਚੀਜ਼ਾਂ ਨੇ ਕਿਉਂਕਿ ਤੁਸੀਂ ਸੋਚੋ ਇਹ ਤੁਹਾਨੂੰ ਸੋਚਣ ਸਮਝਣ ਦੀ ਇਹ ਸਲਾਹੀਅਤ ਦਿੰਦੀਆਂ ਨੇ ਔਰ ਸਾਡੀ ਜਿਹੜੀ ਪੰਜਾਬੀ ਹੈ ਔਰ ਪੰਜਾਬ ਦੀ ਜਿਹੜੀ ਬੋਲੀ ਹੈ ਉਹ ਇਤਨੀ ਵਰਸਟਾਈਲ ਹੈ ਔਰ ਇਤਨੀ ਖੂਬਸੂਰਤ ਹੈ ਕਿ ਤੁਸੀਂ ਬਹੁਤ ਆਸਾਨੀ ਨਾਲ ਆਪਣਾ ਕੋਈ ਵੀ ਮਤਮੈ ਨਜ਼ਰ ਜਿਹੜਾ ਹੈ ਉਹ ਪੇਸ਼ ਕਰ ਸਕਦੇ ਹੋ ਅਤੇ ਵਸਦੇ ਰਹੋ, ਹੱਸਦੇ ਰਹੋ ਔਰ ਪੰਜਾਬ ਦੀ ਜਿਹੜੀ ਹੈ ਸਾਡੀ ਜਿਹੜੀ ਰਹਿਤਰ ਹੈ ਔਰ ਸਾਡਾ ਜਿਹੜਾ ਖੂਬਸੂਰਤ ਕਲਚਰ ਹੈ ਉਸਦੇ ਉੱਤੇ ਫਖਰ ਕਰਦੇ ਰਹੋ ਔਰ ਇੰਜੋਏ ਕਰਦੇ ਰਹੋ। ਇਨਸ਼ਾਅੱਲਾ ਤੁਹਾਡੇ ਨਾਲ ਅਗਲੇ ਬੁੱਧ ਨੂੰ ਦੁਬਾਰਾ ਮੁਲਾਕਾਤ ਕਰਾਂਗੇ। ਥੈਂਕ ਯੂ।